ਪੰਨੂ ਸਾਹਿਬ ਨਾਲ। ਸੋ ਪੰਨੂ ਸਾਹਿਬ ਆਪਣੇ ਨਾਲ ਸ਼ਾਮਲ ਹੈ ਜੀ ਤੇ ਗੱਲਬਾਤ ਦਾ ਦੌਰ ਹਾਜ਼ਰ ਹੈ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੇ ਹਾਂ ਬਾਈ ਸੁੱਖਾ ਸੰਧੂ ਸਾਹਿਬ ਇੰਡੀਆਨਾ ਇੰਡੀਅਨ ਐਪਲਸ ਤੋਂ ਜਿਹੜੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਸੱਜਣ ਨੇ ਉਹਨਾਂ ਦੇ ਸਹਿਯੋਗ ਦੇ ਸਦਕਾ ਅੱਜ ਦੀ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਇਧਰੋਂ ਪੰਨੂ ਸਾਹਿਬ ਵੀ ਆਪਣੇ ਨਾਲ ਸ਼ਾਮਲ ਹੈ ਗੱਲਬਾਤ ਉਹਨਾਂ ਨਾਲ ਕਰਦੇ ਜੀ। ਪੰਨੂ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸੁਖਨੈਬ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਦੇ ਉੱਤੇ ਅਸੀਂ ਅਕਸਰ ਵਿਚਾਰ ਚਰਚਾ ਕਰਦੇ ਰਹਿੰਦੇ ਹਾਂ ਔਰ ਅਹਿਮ ਖਬਰਾਂ ਦੇ ਵਿੱਚੋਂ ਜਿਹੜੀ ਖਬਰ ਹੈ ਕਿ ਪਾਕਿਸਤਾਨ ਨੂੰ ਦੋਹਰਾ ਝਟਕਾ ਲਗਭਗ ਲੱਗ ਗਿਆ। ਇੱਕ ਤਾਂ ਜਿਹੜਾ ਯੂਨਾਈਟਿਡ ਨੇਸ਼ਨ ਹੈ ਉੱਥੇ ਪ੍ਰਸਤਾਵ ਭੇਜ ਦਿੱਤਾ ਗਿਆ ਤੇ ਅਮਰੀਕੀ ਸੰਸਦ ਦੇ ਵਿੱਚ ਵੀ ਅੱਤਵਾਦ ਵਿਰੁੱਧ ਪ੍ਰਸਤਾਵ ਪੇਸ਼ ਕੀਤਾ ਗਿਆ ਜੀ। ਠੀਕ ਹੈ, ਪ੍ਰਚਾਰ ਦੇ ਪੱਖ ਤੋਂ ਵਧੀਆ, ਭਾਰਤ ਦੇ ਲੋਕ ਖੁਸ਼ ਨੇ, ਭਾਰਤ ਦੀ ਸਰਕਾਰ ਖੁਸ਼ ਹੈ ਜੀ, ਪਰ ਨਤੀਜਾ ਫਿਰ ਠੰਡ ਠੰਡ ਗੋਪਾਲ ਆਵੇਗਾ ਜੀ। ਚੀਨ ਨੇ ਮਤਾ ਪਾਸ ਨਹੀਂ ਹੋਣ ਦੇਣਾ, ਉਹਦੇ ਕੋਲ ਵੀਟੋ ਪਾਵਰ ਹੈ ਤੇ ਵੀਟੋ ਪਾਵਰ ਵਾਲੀਆਂ ਤਾਕਤਾਂ ਵਿਚੋਂ ਜੇ ਇੱਕ ਵੀ ਖਿਲਾਫ਼ ਵੋਟ ਕਰ ਦੇਵੇ ਤੇ ਮਤਾ ਜਾ ਕੇ ਅਟਕ ਜਾਂਦਾ। ਮੈਂ ਹੁਣ ਤੱਕ ਕਿੰਨੇ ਮਾਮਲਿਆਂ ਚ ਭਾਰਤ ਦਾ ਰਾਹ ਰੋਕਿਆ ਤੇ ਉਹਨੇ ਭਾਰਤ ਦਾ ਰਾਹ ਰੋਕਣਾ ਜੀ। ਉਹਦਾ ਕਾਰਨ ਸਿੱਧਾ ਜਿਹਾ ਕਿ ਉਹਦੀ ਜਿੰਨੀ ਇਨਵੈਸਟਮੈਂਟ ਉਹਦੀ ਆਪਣੀ ਲੋੜ ਹੈ, ਉਸ ਇਨਵੈਸਟਮੈਂਟ ਵਾਸਤੇ ਇੰਨਾ ਪੈਸਾ ਫਸਾ ਕੇ ਉਹ ਪਾਕਿਸਤਾਨ ਨੂੰ ਬੁਰਾ ਨਹੀਂ ਬਣ ਦੇਵੇਗਾ, ਕਿਉਂਕਿ ਜੇ ਇਹੋ ਜਿਹੇ ਮੌਕੇ ਪਾਕਿਸਤਾਨ ਬੁਰਾ ਬਣਦਾ ਤੇ ਜਿਹੜਾ ਉਹਦਾ ਵਨ ਬੈਲਟ ਵਨ ਰੋਡ ਪ੍ਰਾਜੈਕਟ ਹੈ। ਇਸ ਵੇਲੇ ਚੀਨ ਦੀ ਸਰਕਾਰ ਇਕਨੋਮਿਕ ਫਰੰਟ ਦੇ ਉੱਤੇ, ਆਰਥਿਕ ਫਰੰਟ ਤੇ ਏਡੀ ਵੱਡੀ ਲੜਾਈ ਲੜ ਰਹੀ ਹੈ ਜਿਹਦੇ ਵਿੱਚ ਦੁਨੀਆਂ ਭਰ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਤੇ ਤਾਕਤਵਰ ਸਰਕਾਰਾਂ ਨੂੰ, ਮਹਾਂਸ਼ਕਤੀਆਂ ਨੂੰ ਪੈਰਾਂ ਤੋਂ ਕੱਢਣ ਲੱਗੀ ਹੋਈ ਹੈ। ਉਹਨਾਂ ਦੇ ਵਾਸਤੇ ਜ਼ਰੂਰੀ ਹੈ ਕਿ ਸਾਡਾ ਮਾਲ ਝਟਾਪਟ ਦੁਨੀਆਂ ਦੇ ਬਾਜ਼ਾਰਾਂ ਚ, ਖਾਸ ਤੌਰ ਤੇ ਯੂਰਪ ਤੇ ਅਮਰੀਕਾ ਦੀ ਮਾਰਕੀਟ ਵਿਚ ਸੁੱਟਿਆ ਜਾਵੇ। ਜੇ ਉਹ ਸਮੁੰਦਰ ਰਾਹੀਂ ਭੇਜਦੇ ਆ ਤੇ ਪਹਿਲਾਂ ਬਰਮਾ, ਮਾਇਨਾਮਾਰ ਤੇ ਫਿਰ ਭਾਰਤ, ਬੰਗਲਾਦੇਸ਼, ਸ੍ਰੀਲੰਕਾ ਉਤੋਂ ਦੀ ਘੁੰਮ ਕੇ ਜਾਂਦਾ, ਜਾਂ ਫਿਰ ਰੂਸ ਦੇ ਉੱਪਰ ਦੀ ਜਾਵੇ ਤੇ ਪਤਾ ਨੀ ਕਦੋਂ ਬਰਫ਼ ਪੈ ਕੇ ਰਸਤੇ ਬੰਦ ਹੋ ਜਾਣੇ। ਉਹਨੇ ਸੌਖਾ ਰਸਤਾ ਕੱਢਿਆ ਕਿ ਆਪਣੇ ਬੀਜਿੰਗ ਤੋਂ, ਰਾਜਧਾਨੀ ਤੋਂ, ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਵਿਚ ਵੀ ਚੱਲ ਕੇ ਤੇ ਗਵਾਦਰ ਦੀ ਬੰਦਰਗਾਹ ਤੇ ਇਰਾਨ ਤੋਂ ਸਿਰਫ 50 ਕਿਲੋਮੀਟਰ ਦੂਰ, ਜਿੰਨਾ ਬਠਿੰਡੇ ਤੋਂ ਕੋਟਕਪੂਰਾ ਇੰਨੀ ਕੁ ਦੂਰ ਲਿਆ ਕੇ ਤੇ ਉਹ 6ਵੇਂ ਦਿਨ ਮਾਲ ਸੁੱਟ ਦਿੰਦਾ, ਉਦਾਂ ਉਹਦਾ 1.5 ਮਹੀਨਾ ਲੱਗਣਾ ਸੀ। ਤੇਜ਼ੀ ਨਾਲ ਮਾਲ ਸਪਲਾਈ ਕਰ ਰਿਹਾ, ਉਹਨੇ ਪਿਛਲਿਆਂ ਦਿਨਾਂ ਚ ਇੱਕ ਰੇਲ ਗੱਡੀ ਚਲਾਈ ਹੈ। ਜੇ ਉਦਾਂ ਉਹਦਾ ਮਾਲ ਬੰਗਲਾਦੇਸ਼, ਭਾਰਤ, ਸ੍ਰੀਲੰਕਾ ਦੇ ਉੱਪਰ ਦੇ ਜਾਣਾ ਹੋਵੇ ਸਮੁੰਦਰ ਰਾਹੀਂ ਤੇ ਇੰਗਲੈਂਡ ਤੱਕ ਜਾਂਦਿਆਂ 2 ਮਹੀਨੇ ਲੱਗ ਜਾਂਦੇ ਆ। ਉਹਨੇ ਰੇਲ ਗੱਡੀ ਇੱਕ ਚਲਾਈ, ਇੱਕ ਕਾਰਗੋ ਭੇਜਿਆ ਰੂਸ ਦੇ ਵਿਚ ਵੀ, ਹੋਰ ਦੇਸ਼ਾਂ ਦੇ ਵਿਚ ਵੀ, ਘੁੰਮਦਾ ਘੁੰਮਾਉਂਦਾ 3-4 ਇੰਜਣ ਲਾ ਤੇ ਉਹ 14 ਦਿਨ ਪਹੁੰਚ ਗਿਆ। ਉਹ ਜਿਹੜੀ ਇੱਕ ਖੇਡ ਖੇਡਦਾ ਪਿਆ ਉਹਨਾਂ ਦੇਸ਼ਾਂ ਨੂੰ ਕਹਿੰਦਾ ਜੀ ਤੁਹਾਡੀ ਬੰਦਰਗਾਹ ਵੀ ਅਸੀਂ ਡਿਵੈਲਪ ਕਰ ਦਿੰਦੇ ਜੀ। ਸ੍ਰੀਲੰਕਾ ਦੀ ਹੰਬਨ ਟੋਟਾ ਬੰਦਰਗਾਹ ਉਹਨੇ ਡਿਵੈਲਪ ਕੀਤੀ ਹੈ ਤੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਇੰਨਾ ਪੈਸਾ ਉਹਨਾਂ ਦੇ ਸਿਰ ਕਰਜ਼ਾ ਚੜ੍ਹਦਾ ਕਿ ਸਾਰੀ ਉਮਰ ਮੋੜ ਨਹੀਂ ਸਕਦੇ ਜੀ। ਤੇ ਬੰਦਰਗਾਹ ਪੱਕੇ ਤੌਰ ਤੇ ਉਹਦੇ ਕਬਜ਼ੇ ਚ ਆ ਗਈ ਆ। ਉਹ ਜਿਹੜੀਆਂ ਖੇਡਾਂ ਖੇਡਦਾ ਉਹਦੇ ਚ ਉਹਨੂੰ ਪਾਕਿਸਤਾਨ ਦੀ ਲੋੜ ਆ। ਅਮਰੀਕਾ ਵਾਲੇ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ ਉਹਨੇ ਪਾਕਿਸਤਾਨ ਦਾ ਸਾਥ ਨਹੀਂ ਛੱਡਣਾ। ਜਿਹੜੀ ਉਹ ਗੱਲ ਵਾਰਿਸ ਸ਼ਾਹ ਕਹਿ ਗਿਆ ਸੀ, ਵਾਰਿਸ ਸ਼ਾਹ ਨਾ ਮੁੜਾਂਗੀ ਰਾਜਣੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆ ਜਾਏ, ਅਮਰੀਕਾ ਵਾਲਿਆਂ ਨੇ ਉੱਥੋਂ ਪਿੱਛੇ ਹਟਣਾ ਨੀ। ਹਮਤੇ ਪੇਸ਼ ਹੁੰਦੇ ਆ, ਇੰਟਰਨੈਸ਼ਨਲ ਡਿਪਲੋਮੈਸੀ ਚ ਭਾਰਤ ਦਾ ਪੱਖ ਭਰਿਆ ਹੁੰਦਾ, ਭਾਰਤ ਦੇ ਲੋਕ ਖੁਸ਼ ਹੁੰਦੇ ਆ, ਲੋਕ ਖੁਸ਼ ਹੁੰਦੇ ਆ ਤੇ ਇੱਥੋਂ ਦੀ ਸਰਕਾਰ ਫਾਇਦੇ ਵਿੱਚ ਇਹ ਵੀ ਖੁਸ਼ ਹੁੰਦੀ ਹੈ। ਜੇ ਇਹਦੇ ਵਿੱਚ ਇਹ ਸਮਝਿਆ ਜਾਵੇ ਕਿ ਭਲਕੇ ਮਸੂਦ ਅਜ਼ਹਰ, ਹਾਫਿਜ਼ ਸਾਇਦ, ਸਲਾਹਉਦੀਨ ਜਾਂ ਜ਼ਕੀਉਰ ਰਹਿਮਾਨ ਲਖਵੀ ਵਿੱਚੋਂ ਕਿਸੇ ਨੂੰ ਫੜ ਕੇ ਭਾਰਤ ਦੇ ਹਵਾਲੇ ਕਰ ਦਿੱਤਾ ਜਾਣਾ, ਇਹੋ ਜਿਹੀ ਨੌਬਤ ਆਉਣ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ ਜੀ। ਪੰਨੂ ਸਾਹਿਬ, ਜਿਹੜਾ ਲਾਂਘਾ ਕਰਤਾਰਪੁਰ ਹੈ, ਇਸ ਮਾਮਲੇ ਤੇ ਬਾਬਾ ਕੁਛ ਚੱਲਦਾ ਤੇ ਅੱਜ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਭਾਰਤ ਨੇ ਕਹਿਤਾ ਜੀ ਕਿ ਖਾਲਿਸਤਾਨ ਪੱਖੀ ਲੋਕ ਹੈ ਜਿਹੜੇ, ਉਹ ਤੁਹਾਡੀ ਕਰਤਾਰਪੁਰ ਵਾਲੀ ਕਮੇਟੀ ਚ ਕਾਹਤੋਂ ਹੈ। ਦੇਖੋ ਇਹਦੇ ਉੱਤੇ ਤਾਂ ਪਹਿਲਾਂ ਵੀ ਰੇੜਕਾ ਪੈ ਚੁੱਕਾ, ਕਿਉਂਕਿ ਪਾਕਿਸਤਾਨ ਦੀ ਸਰਕਾਰ ਉਹਨਾਂ ਨੂੰ ਅਜੇ ਤੱਕ ਇਸ ਮਾਮਲੇ ਚ ਅੱਗੇ ਰੱਖਦੀ ਹੈ। ਜਿੱਦਣ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਂਘੇ ਦਾ ਨੀਂਹ ਪੱਥਰ ਰੱਖਣਾ ਸੀ, ਮੈਂ ਤਾਂ ਇਹ ਗੱਲ ਨੀ ਕਹਿ ਸਕਦਾ ਕਿ ਇਮਰਾਨ ਖਾਨ ਨੇ ਗੋਪਾਲ ਸਿੰਘ ਚਾਵਲੇ ਨੂੰ ਚੇਚਾ ਸੱਦਿਆ ਹੋਵੇਗਾ ਤੇ ਤੁਰ ਪਿਆ।
ਪਰ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਤੇ ਪਾਕਿਸਤਾਨ ਦੀ ਫੌਜ ਜਿਹੜੀ ਅਸਲ ਵਿਚ ਉਸ ਦੇਸ਼ ਨੂੰ ਚਲਾਉਂਦੀ ਹੈ, ਪ੍ਰਧਾਨ ਮੰਤਰੀ ਦੇ ਸਿਰ ਤੇ ਚਲੰਤ ਜਿਹਾ ਹੁੰਦਾ। ਉਹਨਾਂ ਨੇ ਉਚੇਚੇ ਤੌਰ ਤੇ ਉਹਨੂੰ ਸੱਦਿਆ, ਸੱਦ ਕੇ ਜਾਣ ਬੁੱਝ ਕੇ ਲਿਆ ਕੇ ਪਹਿਲਾਂ ਨਵਜੋਤ ਸਿੱਧੂ ਦੇ ਨਾਲ ਦੀ ਕੁਰਸੀ ਤੇ ਬਿਠਾਇਆ ਤੇ ਫਿਰ ਜਦੋਂ ਮੀਂਹ ਪੱਥਰ ਤੋਂ ਪਰਦਾ ਚੁੱਕਿਆ ਜਾਣਾ ਸੀ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਫੋਟੋ ਚ ਸ਼ਾਮਿਲ ਕਰਾਇਆ। ਇਹ ਕੰਮ ਇਮਰਾਨ ਖਾਨ ਨਹੀਂ ਕਰਦਾ, ਇਹ ਉੱਥੋਂ ਦੀਆਂ ਏਜੰਸੀਆਂ ਤੇ ਉੱਥੋਂ ਦੀ ਫੌਜ ਦੇ ਕਮਾਂਡਰ ਕਰਦੇ ਆ। ਉਹਨਾਂ ਨੇ ਫਿਰ ਪਾਕਿਸਤਾਨ ਗੁਰਦੁਆਰਾ ਕਮੇਟੀ ਵਿਚ ਵੀ, ਲਾਂਘੇ ਵਾਲੀ ਕਮੇਟੀ ਚ ਵੀ, ਸਾਰੀਆਂ ਗੱਲਾਂ ਚ ਉਹਨੂੰ ਸ਼ਾਮਿਲ ਕਰਾਇਆ। ਉਹ ਕਰਾਉਂਦੇ ਸਿਰਫ ਇਸ ਕਰਕੇ ਆ ਕਿ ਉਹ ਬੰਦਾ ਇਹਨਾਂ ਦਾ ਬਹੁਤ ਵੱਡਾ ਕਰਿੰਦਾ। ਜਦੋਂ ਜਨਰਲ ਮੁਸ਼ਰਫ ਦਾ ਰਾਜ ਸੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਵਾਰੀ ਬਣਾਈ ਗਈ ਸੀ। ਉਹਨੇ ਇੱਕ ਬਿਸ਼ਨ ਸਿੰਘ ਅੱਗੇ ਕੀਤਾ ਸੀ। ਬਿਸ਼ਨ ਸਿੰਘ ਬਾਹਰ ਪ੍ਰੈਸ ਵਿਚ ਜੋ ਮਰਜ਼ੀ ਕਹਿੰਦਾ ਫਿਰੇ, ਉਹਦੀ ਆਪਣੀ ਹਸਤੀ ਇੰਨੀ ਸੀ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਬਣਾਉਣ ਦਾ ਐਲਾਨ ਕਰਨ ਲੱਗਿਆ, ਡੈਕਲਰੇਸ਼ਨ ਜਾਰੀ ਕਰਨ ਲੱਗਿਆ, ਰਾਸ਼ਟਰਪਤੀ ਜਨਰਲ ਮੁਸ਼ਰਫ ਫੌਜੀ ਰਾਸ਼ਟਰਪਤੀ ਤੇ ਬਾਕੀ ਦੇ ਜਿਹੜੇ ਅਧਿਕਾਰੀ ਤੇ ਮੰਤਰੀ ਸਾਰੇ ਖਲੋਤੇ ਸਨ ਤੇ ਬਿਸ਼ਨ ਸਿੰਘ ਕੱਲਾ ਚੌਕੜਾ ਮਾਰ ਕੇ ਉਹਨਾਂ ਦੇ ਚਰਨਾਂ ਚ ਬੈਠਾ ਹੋਇਆ ਸੀ। ਉਦੋਂ ਪਤਾ ਲੱਗ ਗਿਆ ਸੀ ਇਹ ਕਮੇਟੀ ਕਿੱਦਾਂ ਦੀ ਹੋਵੇਗੀ, ਪ੍ਰਧਾਨ ਕਿੱਦਾਂ ਦਾ ਹੋਵੇਗਾ, ਕੀ ਕੁਛ ਕਰਨਗੇ। ਹੁਣ ਇਹ ਗੋਪਾਲ ਸਿੰਘ ਚਾਵਲਾ ਵੀ ਇੱਕ ਕਰਿੰਦੇ ਤੋਂ ਵੱਧ ਕੁਛ ਨਹੀਂ। ਉਸ ਕਰਿੰਦੇ ਨੂੰ ਜਿਸ ਤਰ੍ਹਾਂ ਫਿੱਟ ਕੀਤਾ ਜਾ ਰਿਹਾ, ਉਹ ਫਿੱਟ ਨਹੀਂ ਕੀਤਾ ਜਾ ਰਿਹਾ, ਭਾਰਤ ਨੂੰ ਠਿੱਠ ਕੀਤਾ ਜਾ ਰਿਹਾ ਤੇ ਭਾਰਤ ਸਰਕਾਰ ਆਪਣੇ ਢੰਗ ਨਾਲ ਉਹਦੇ ਉੱਤੇ ਇਤਰਾਜ਼ ਕਰਦੀ ਹੈ। ਕੂਟਨੀਤਿਕ ਤੌਰ ਤੇ ਵੀ ਆ, ਭਾਰਤ ਨੂੰ ਲੱਗਦਾ ਕਿ ਉਹ ਜਾਣ ਬੁੱਝ ਕੇ ਉਸ ਬੰਦੇ ਨੂੰ ਸਾਡੇ ਮੁਕਾਬਲੇ ਖੜਾ ਕੀਤਾ ਜਾ ਰਿਹਾ। ਇਹਨਾਂ ਇਤਰਾਜ਼ ਕਰਨਾ ਅਸੀਂ ਕਰ ਦਿੱਤਾ, ਪਰ ਇਸ ਇਤਰਾਜ਼ ਦੇ ਨਾਲ ਪਾਕਿਸਤਾਨ ਸਰਕਾਰ ਨੂੰ ਉਹਦਾ ਸਟੈਂਡ ਬਦਲਣ ਵਾਸਤੇ ਮਜਬੂਰ ਨਹੀਂ ਕਰ ਸਕਦੇ। ਉਹ ਜਿਹੜੀ ਗੱਲ ਤੇ ਖੜੇ ਆ, ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਜੀ। ਪੰਨੂ ਸਾਹਿਬ, ਇਹ ਦੋ ਨੈਸ਼ਨਲ ਲੈਵਲ ਦੀਆਂ ਖਬਰਾਂ ਸੀ ਤੇ ਥੋੜਾ ਜਿਹਾ ਸੋਰੀ ਇੰਟਰਨੈਸ਼ਨਲ ਲੈਵਲ ਦੇ ਮਸਲੇ ਸੀ ਤੇ ਹੁਣ ਜੇ ਨੈਸ਼ਨਲ ਲੈਵਲ ਦੇ ਮਸਲੇ ਦੀ ਗੱਲ ਕਰਦੇ ਹਾਂ ਤਾਂ ਭਾਰਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਚਰਚਾ ਦੇ ਵਿਚ ਹੈ। ਮਿਸ਼ਨ ਸ਼ਕਤੀ ਜਿਹੜੀ ਇੱਕ ਮਿਜ਼ਾਈਲ ਛੱਡੀ ਗਈ ਹੈ, ਔਰ ਉੱਥੇ ਜੋ ਗੋਲੇ ਦਾਗੇ ਗਏ ਵਿਰੋਧੀਆਂ ਦੇ ਉੱਤੇ ਪੀ ਐਮ ਮੋਦੀ ਦੇ ਵੱਲੋਂ, ਹੁਣ ਉਹ ਭਾਸ਼ਣ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ। ਹਾਲਾਂਕਿ ਇੱਕ ਨਾਲ ਜੁੜਦੀ ਹੋਈ ਗੱਲ ਅੱਜ ਇਹ ਵੀ ਆ ਗਈ ਹੈ ਕਿ ਮੈਂ ਹੁਣ ਚੌਂਕੀਦਾਰ, ਇਹ ਚਾਹ ਦੇ ਕੱਪ ਆ ਜਿਹੜੇ ਰੇਲਵੇ ਵਾਲੇ ਵੀ ਕੈਟਰਿੰਗ ਦੇ ਵਿਚ ਜਦੋਂ ਚਾਹ ਕੋਈ ਮੰਗਦਾ ਉੱਥੇ ਦੇਈ ਜਾਂਦੇ ਆ, ਤੇ ਨਾਲ ਦੂਜੀ ਵੀ ਸ਼ਿਕਾਇਤ ਆ ਜਿਹੜੀ ਉਹ ਚੋਣ ਕਮਿਸ਼ਨ ਨੂੰ ਵਿਰੋਧੀ ਪਾਰਟੀਆਂ ਨੇ ਕਰਤੀ ਹੈ ਕਿ ਭਾਸ਼ਣ ਪ੍ਰਧਾਨ ਮੰਤਰੀ ਨੇ ਕਿਹੜੀ ਹੈਸੀਅਤ ਨਾਲ ਦਿੱਤਾ। ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਇਕੱਠੀਆਂ ਨਾ ਲਈਏ। ਚੌਕੀਦਾਰ ਵਗੈਰਾ ਦੇ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤਾਂ ਦਾ ਮਸਲਾ ਤੁਸੀਂ ਬਾਅਦ ਵਿਚ ਪੁੱਛ ਲਿਓ ਜੀ। ਪਹਿਲਾ ਸਵਾਲ ਆ ਮਿਸ਼ਨ ਸ਼ਕਤੀ, ਮਿਸ਼ਨ ਮਹਾਂਸ਼ਕਤੀ, ਮਿਸ਼ਨ ਪੁਲਾੜ ਸ਼ਕਤੀ, ਮਿਸ਼ਨ ਸ਼ਕਤੀ, ਸ਼ਕਤੀ ਸ਼ਕਤੀ ਦਾ ਜੀ। ਉਹਦੇ ਵਿਚ ਇੱਕ ਬਹੁਤ ਵੱਡਾ ਡਰਾਮਾ ਹੈ ਜਿਹਦੀ ਕਾਂਗਰਸ ਵਾਲਿਆਂ ਨੂੰ ਅਜੇ ਤੱਕ ਤੋੜ ਵਾਸਤੇ ਦਲੀਲ ਹੀ ਨਹੀਂ ਸੁੱਚੀ। ਨਿਕੰਮੇ ਬੰਦਿਆਂ ਦੀ ਪਾਰਟੀ ਹੈ, ਬੁਲਾਰਿਆਂ ਦੀ ਪਾਰਟੀ ਹੈ ਕਾਂਗਰਸ ਪਾਰਟੀ, ਉਹਨਾਂ ਨੂੰ ਇੰਨੀ ਅਕਲ ਹੀ ਹੈ ਨਹੀਂ। ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ 1998 ਚ ਪੱਕੀ ਬਣੀ, ਪਹਿਲੀ ਤਾਂ 13 ਦਿਨਾਂ ਦੀ ਕੱਚੀ ਸੀ, ਜਦੋਂ 1998 ਚ ਪਹਿਲੀ ਪੱਕੀ ਸਰਕਾਰ ਬਣੀ ਤੇ ਆਉਂਦਿਆਂ ਇੱਕ ਮਹੀਨੇ ਚ 5 ਐਟਮੀ ਧਮਾਕੇ ਕਰਤੇ ਤੇ ਆਖਿਆ ਅਸੀਂ ਵੇਖੋ ਜੀ ਭਾਰਤ ਨੂੰ ਐਟਮੀ ਸ਼ਕਤੀ ਬਣਾ ਤਾ। ਤੇ ਸਾਰੇ ਕਹਿੰਦੇ ਸੀ ਕਿ ਐਟਮ ਬੰਬ ਕੋਈ ਇਹੋ ਜਿਹੀ ਚੀਜ਼ ਆ ਕਿ ਧਾਗਿਆਂ ਨਾਲ ਬਰੂਦ ਲਪੇਟ ਕੇ ਦਸਾਂ ਦਿਨਾਂ ਚ ਬਣ ਜਾਂਦਾ। ਇਹ ਤਾਂ ਬੜੇ ਚਿਰਾਂ ਦਾ ਬਣਿਆ ਪਿਆ ਸੀ, ਪਹਿਲੀਆਂ ਸਰਕਾਰਾਂ ਨਹੀਂ ਸੀ ਚਲਾਉਂਦੀਆਂ, ਤੁਸੀਂ ਆ ਕੇ ਮੁੱਠ ਖੋਲ ਦਿੱਤੀ ਹੈ, ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਤੁਹਾਡੇ ਪੱਲੇ ਕੀ ਹੈ, ਤੁਸੀਂ ਗਲਤ ਕੀਤਾ। ਵਾਜਪੇਈ ਸਰਕਾਰ ਪਹਿਲਾਂ ਤੇ ਆਖਿਆ ਸੀ ਅਸੀਂ ਬਣਾ ਤਾ, ਫਿਰ ਉਹਨਾਂ ਨੇ ਆਖਿਆ ਸੀ ਨਹੀਂ ਸਾਡੇ ਕੋਲ ਇੱਛਾ ਸ਼ਕਤੀ ਹੈਗੀ ਆ, ਪਹਿਲਾਂ ਕੋਲ ਹੈ ਨਹੀਂ ਸੀ, ਅਸੀਂ ਇੱਛਾ ਸ਼ਕਤੀ ਵਿਖਾਈ। ਹੁਣ ਕੀ ਹੋਇਆ, ਆਹ ਜਿਹੜਾ ਮਿਸ਼ਨ ਸ਼ਕਤੀ ਹੈ ਜਿਹੜੀ ਇਹਨਾਂ ਨੇ ਪੁਲਾੜ ਦੇ ਵਿਚ ਮਿਜ਼ਾਈਲ ਦਾਗੀ ਹੈ, ਜੇ ਕੋਈ ਰਾਤੋ ਰਾਤ ਨਹੀਂ ਬਣੀ, ਇਹ ਕੋਈ 4 ਸਾਲਾਂ ਚ ਮੋਦੀ ਰਾਜ ਵਿਚ ਨਹੀਂ ਬਣੀ। ਇਹੋ ਜਿਹੀਆਂ ਚੀਜ਼ਾਂ ਬਣਦਿਆਂ ਤੇ ਬਹੁਤ ਲੰਮੀ ਖੋਜ ਹੁੰਦੀ, ਉਸ ਲੰਮੀ ਖੋਜ ਨੂੰ ਵੇਖਣਾ ਚਾਹੀਦਾ। ਇਹਨਾਂ ਨੇ ਆਖਿਆ ਅਸੀਂ ਬਣਾਤੀ। ਇੱਕ ਪੁਰਾਣਾ ਇਸਰੋ ਦਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦਾ ਹੈੱਡ ਹੈ ਮਿਸਟਰ ਮਾਧਵਨ ਨਾਇਰ, ਉਹਨੇ ਇਹਦੇ ਉੱਤੇ ਸਪਸ਼ਟੀਕਰਨ ਦਿੱਤਾ, ਪਰ ਸਪਸ਼ਟੀਕਰਨ ਦਿੰਦਿਆਂ ਵੀ 2-3 ਗੱਲਾਂ ਕਰ ਗਿਆ ਜਿਨ੍ਹਾਂ ਤੋਂ ਉਹਦਾ ਕਨਫਿਊਜ਼ਨ ਵੀ ਦਿਸਦਾ, ਉਹਦੀ ਅਹੁਦੇ ਦੀ ਲਾਲਸਾ ਵੀ ਦਿਸਦੀ ਹੈ,
ਸਰਕਾਰ ਦਾ ਪੱਖ ਵੀ ਲੈ ਗਿਆ, ਸਰਕਾਰ ਨੂੰ ਫਸਾ ਵੀ ਗਿਆ। ਉਹ ਇਹ ਆ ਕਿ ਉਹਨੇ ਕਹਿਤਾ ਕਿ ਜਿਹੜੀ ਆ ਪਲਾੜ ਵਿਚ ਮਿਜ਼ਾਇਲ ਦਾਗੀ ਗਈ ਹੈ, ਇਹ ਸਮਰੱਥਾ ਹੁਣ ਸਾਡੇ ਕੋਲ ਭਾਰਤ ਦੇ ਕੋਲ ਨਹੀਂ ਆਈ, ਸਾਡੇ ਕੋਲ 2007 ਤੋਂ ਸੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ। ਪਹਿਲੀ ਗੱਲ ਤਾਂ ਫਿਰ ਇਹਨਾਂ ਦੀ ਇਹ ਕੱਟ ਦਿੱਤੀ ਕਿ ਹੁਣ ਸਮਰੱਥਾ ਬਣੀ ਹੈ, ਉਹ ਕਹਿੰਦਾ ਜੀ ਸਮਰੱਥਾ ਪਹਿਲਾਂ ਸੀ। ਦੂਜੀ ਗੱਲ ਦੇ ਉੱਤੇ ਉਹਨਾਂ ਨੇ ਇਹਨਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਕਿ ਸਮਰੱਥਾ ਤਾਂ 2007 ਤੋਂ ਸੀ, ਪਰ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆ ਉਹਨਾਂ ਦੇ ਕੋਲ ਇੱਛਾ ਸ਼ਕਤੀ ਦੀ ਘਾਟ ਸੀ, ਉਹਨਾਂ ਚ ਕੰਮ ਕਰਨ ਜੋਗੀ ਇੱਛਾ ਹੀ ਨਹੀਂ ਸੀ। ਹੁਣ ਇੱਛਾ ਸ਼ਕਤੀ ਵਾਲੀ ਸਰਕਾਰ ਆਈ ਹੈ ਤੇ ਇਹਨਾਂ ਨੇ ਕਰਕੇ ਵਿਖਾਤਾ। ਆਹ ਗੱਲ ਜਿਹੜੀ ਆ ਆਪਣੀ ਵੱਲੋਂ ਉਹਨੇ ਨਰਿੰਦਰ ਮੋਦੀ ਸਰਕਾਰ ਦੀ ਚਾਪਲੂਸੀ ਵਾਸਤੇ ਆਖੀ ਹੈ ਕਿ ਮੈਨੂੰ ਕੋਈ ਅਹੁਦਾ ਮਿਲ ਜੂ, ਪਰ ਇਸ ਚਾਪਲੂਸੀ ਵਾਲੀ ਗੱਲ ਨੇ ਸਰਕਾਰ ਨੂੰ ਵੀ ਫਸਾਤਾ ਕਿ ਜੇ 2007 ਤੋਂ ਸੀ ਤੇ ਮਨਮੋਹਨ ਸਿੰਘ ਦੀ ਸਰਕਾਰ ਤਾਂ ਸਮਝ ਲਓ ਕਿ ਨਿਕੰਮੀ ਸੀ, ਉਹਨਾਂ ਕੋਈ ਇੱਛਾ ਸ਼ਕਤੀ ਨਹੀਂ, ਤੇ ਨਰਿੰਦਰ ਮੋਦੀ ਦੀ ਸਰਕਾਰ ਕੋਲ ਇੱਛਾ ਸ਼ਕਤੀ ਹੈਗੀ ਸੀ। ਇਹ ਇੱਛਾ ਸ਼ਕਤੀ ਪਿਛਲੇ ਮਹੀਨੇ ਕਿਹੜਾ ਹਵਨ ਕੀਤਾ ਸੀ ਜਿਹਦੇ ਨਾਲ ਆਈ ਹੈ ਜੀ, 4 ਸਾਲ ਤੇ 10 ਮਹੀਨੇ ਇਹ ਇੱਛਾ ਸ਼ਕਤੀ ਕਿਉਂ ਨਾ ਵਿਖਾਈ, ਤੇ ਹੁਣ ਹੀ ਆ ਕੇ ਕਿਹੜੀ ਖਾਸ ਲੋੜ ਪੈ ਗਈ ਕਿ ਇੱਛਾ ਸ਼ਕਤੀ ਵਿਖਾਉਣੀ ਪਈ, ਪਹਿਲਾਂ ਕਿਉਂ ਨਾ ਵਿਖਾਈ। ਇਹਦਾ ਮਤਲਬ ਕਿ ਪਹਿਲੇ 4 ਸਾਲ 10 ਮਹੀਨੇ ਨਰਿੰਦਰ ਮੋਦੀ ਚ ਵੀ ਇੱਛਾ ਸ਼ਕਤੀ ਹੈ ਨਹੀਂ ਸੀ ਤੇ ਹੁਣ ਹੀ ਆਈ ਹੈ। ਆਹ ਗੱਲ ਜ਼ਾਹਰ ਕਰਦੀ ਹੈ ਇਹਦੀ ਟਾਈਮਿੰਗ ਦੇ ਬਾਰੇ, ਜਿਹੜੀ ਕਾਂਗਰਸ ਵਾਲਿਆਂ ਨੂੰ ਅਜੇ ਤੱਕ ਅਕਲ ਨਹੀਂ, ਔਰ ਉਹਨਾਂ ਨੇ ਕਿਸੇ ਵੀ ਪੜਾਅ ਦੇ ਉੱਤੇ ਇਹਨਾਂ ਦੇ ਕਿਸੇ ਬੁਲਾਰੇ ਨੇ ਇਹ ਗੱਲ ਨਹੀਂ ਪੁੱਛੀ ਕਿ ਇੱਛਾ ਸ਼ਕਤੀ 4 ਸਾਲ 10 ਮਹੀਨੇ ਕਿਉਂ ਨਹੀਂ ਸੀ ਤੇ ਹੁਣ ਹੀ ਇੱਛਾ ਸ਼ਕਤੀ ਕਿਉਂ ਪੈਦਾ ਹੋਈ ਹੈ। ਇਹ ਬਹੁਤ ਵੱਡਾ ਮੁੱਦਾ ਜੀ। ਤੇ ਪੰਨੂ ਸਾਹਿਬ ਦੂਜੀ ਗੱਲ ਕਰ ਲਈਏ ਕਿ ਇਹਨਾਂ ਦਾ ਜਿਹੜਾ ਭਾਸ਼ਣ ਸੀ ਉਸ ਦੇ ਉੱਤੇ ਰਾਜਸੀ ਟੱਚ ਤਾਂ ਸੀਗਾ ਹੀ ਸੀਗਾ, ਔਰ ਇਸ ਦੀ ਜਿਹੜੀ ਸ਼ਿਕਾਇਤ ਹੋ ਗਈ ਹੈ ਹੁਣ ਚੋਣ ਕਮਿਸ਼ਨ ਦੇ ਕੋਲ। ਇਹ ਹਰ ਗੱਲ ਨੂੰ ਹੀ ਆਪਣੇ ਨਾਂ ਨਾਲ ਜੋੜਤਾ, ਮੋਦੀ ਹੈ ਤਾਂ ਸੰਭਵ ਹੈ, ਮੈਂ ਹੂੰ ਨਾ। ਉਹ ਕਹਿੰਦਾ ਜੀ ਹਰ ਗੱਲ ਤਾਂ ਹੋ ਸਕਦੀ ਕਿਉਂਕਿ ਮੋਦੀ ਹੈ, ਇੱਕ ਤਾਂ ਉਹਦੇ ਵਿੱਚ ਮੈਂ ਬਹੁਤ ਜ਼ਿਆਦਾ ਹਾਂ, ਦੂਜਾ ਉਹ ਹਰ ਗੱਲ ਨੂੰ ਆਪਣੇ ਵਾਸਤੇ ਆਪਣੀ ਪਾਰਟੀ ਦੀ ਲੋੜ ਵਾਸਤੇ ਵਰਤਣਾ ਜਾਣਦਾ ਵਰਤਣਾ। ਉਹਨੇ ਇਸ ਸਪੇਸ ਦੇ ਸੱਚ ਨੂੰ, ਜਿਹੜੀ ਸਮਰੱਥਾ 2007 ਵਿੱਚ ਪੈਦਾ ਹੋ ਚੁੱਕੀ ਸੀ, ਜਿਹੜਾ ਕੰਮ ਪਿਛਲੀਆਂ ਸਰਕਾਰਾਂ ਨਾਲ ਕੀਤਾ ਸੀ ਉਹਨੂੰ ਵੀ ਉਸ ਬੰਦੇ ਨੇ ਆਪਣੇ ਪੇਟੇ ਪਾ ਲਿਆ। ਜਿਹੜੇ ਢੰਗ ਨੇ ਉਹਨੇ ਭਾਸ਼ਣ ਕੀਤਾ ਉਹ ਇਕੱਲੇ ਸਾਇੰਸਦਾਨਾਂ ਨੂੰ ਵਧਾਈ ਨਹੀਂ, ਉਹ ਇਕੱਲੇ ਦੇਸ਼ ਨੂੰ ਵਧਾਈ ਨਹੀਂ, ਨਾਲ ਦੀ ਨਾਲ ਇਹ ਵੀ ਹੈ ਕਿ ਏਦਾਂ ਦੀਆਂ ਵਧਾਈਆਂ ਦਾ ਦੌਰ ਚਾਲੂ ਰੱਖਣਾ ਤੇ ਸਿਰਫ ਭਾਜਪਾ ਦੀ ਸਰਕਾਰ ਤੇ ਭਾਜਪਾ ਵਿੱਚੋਂ ਵੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਹੀ ਹੋ ਸਕਦਾ ਜੀ। ਹੁਣ ਉਹਨੇ ਜਿਹੜੇ ਢੰਗ ਨਾਲ ਇਹ ਵਧਾਈ ਦਿੱਤੀ, ਜਿਹੜਾ ਉਹਨੇ ਭਾਸ਼ਣ ਕੀਤਾ, ਉਹਦੀ ਸ਼ਿਕਾਇਤ ਚਲੀ ਗਈ ਹੈ ਚੋਣ ਕਮਿਸ਼ਨ ਕੋਲ। ਮੈਨੂੰ ਨਹੀਂ ਲੱਗਦਾ ਚੋਣ ਕਮਿਸ਼ਨ ਉਹਦਾ ਕੁਛ ਵਿਗਾੜੂਗਾ, ਕੀ ਹੋਊ, ਸ਼ਿਕਾਇਤ ਕਰ ਦੇਣਗੇ, ਐਦੋ ਵੱਧ ਕੁਛ ਨੀ। ਉਹ ਕਹਿਣਗੇ ਜੀ ਜਵਾਬ ਦਿੰਦੇ, ਜਵਾਬ ਦਿੰਦਿਆਂ ਦਿੰਦਿਆਂ 2-3 ਤਰੀਕਾਂ ਪੈ ਜਾਣਗੀਆਂ, ਉਹਨੇ ਚਿਰ ਨੂੰ ਚੋਣਾਂ ਲੰਘ ਜਾਣਗੀਆਂ, ਇਹਦੇ ਤੋਂ ਬਾਅਦ ਨਰਿੰਦਰ ਮੋਦੀ ਦਾ ਵਿਗਾੜ ਕੀ ਲਵੇਗਾ ਚੋਣ ਕਮਿਸ਼ਨ। ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਹੀ ਜਾਂਦੀਆਂ, ਇਹਨਾਂ ਸ਼ਿਕਾਇਤਾਂ ਦੇ ਉੱਤੇ ਕਦੇ ਕਿਸੇ ਦਾ ਨੁਕਸਾਨ ਹੁੰਦਾ ਨਹੀਂ ਵੇਖਿਆ ਗਿਆ। ਇਹਦੇ ਨਾਲ ਚੋਣ ਜ਼ਾਬਤੇ ਦੀ ਲੰਘਣਾ ਮੰਨ ਕੇ ਕਦੇ ਕਿਸੇ ਦੀ ਚੋਣ ਰੱਦ ਨਹੀਂ ਹੋਈ। ਉੱਥੇ ਜਾਂਦੇ ਆ ਜੇ ਬਹੁਤ ਹੀ ਜ਼ਿਆਦਾ ਗੱਲ ਹੋਵੇ ਤੇ ਵੱਧ ਤੋਂ ਵੱਧ ਮਾਈਲਡ ਜੀ ਬੋਲੀ ਚ ਇੰਨਾ ਆਖਿਆ ਜਾਂਦਾ, ਹਾਂਜੀ ਸਾਨੂੰ ਇਹ ਨੀ ਸਮਝ ਵੀ ਇਹਦੇ ਚ ਲਫ਼ਜ਼ਾਂ ਦਾ ਫਿਰ ਹੋ ਸਕਦਾ ਤੇ ਗੱਲ ਬਣ ਸਕਦੀ ਹੈ, ਇਸ ਕਰਕੇ ਅਸੀਂ ਵਾਅਦਾ ਕਰਦੇ ਹਾਂ ਕਿ ਅੱਗੇ ਤੋਂ ਨਹੀਂ ਕਰਾਂਗੇ। ਕੋਈ ਮਾਫ਼ੀ ਵੀ ਨਹੀਂ ਮੰਗਦਾ, ਏਦਾਂ ਕਹਿ ਦਿੰਦੇ ਜੀ ਅਸੀਂ ਵਾਅਦਾ ਕਰਦੇ ਹਾਂ ਕਿ ਅੱਗੇ ਤੋਂ ਨਹੀਂ ਕਰਾਂਗੇ। ਇੰਨੀ ਗੱਲ ਜੇ ਲੋੜ ਪਈ ਤੇ ਕੱਲ ਨੂੰ ਸਰਕਾਰ ਕਹਿ ਵੀ ਦੇਵੇਗੀ। ਇਹ ਤਾਂ ਜੀ ਲਫ਼ਜ਼ਾਂ ਦਾ ਹੇਰਫੇਰ ਸੀ, ਉਹ ਜਿਹੜੀ ਸਕ੍ਰਿਪਟ ਲਿਖੀ ਗਈ ਸੀ ਉਹਦੇ ਚ ਇਸ ਤਰ੍ਹਾਂ ਦੇ ਲਫ਼ਜ਼ ਪੈ ਗਏ। ਇੰਨੇ ਨਾਲ ਨਰਿੰਦਰ ਮੋਦੀ ਦਾ ਚੋਣ ਕਮਿਸ਼ਨ ਨੇ ਕੱਖ ਨਹੀਂ ਵਿਗਾੜਨਾ, ਚੋਣ ਚੱਲਦੀ ਰਹਿਣੀ ਹੈ, ਜਿਹੜਾ ਚੋਣ ਦਾ ਫਾਇਦਾ ਉਹਨੇ ਲੈਣਾ ਸੀ ਉਹ ਲੈ ਗਿਆ ਜੀ। ਬਿਲਕੁਲ ਗੱਲ ਤੁਹਾਡੀ ਸਹੀ ਹੈ ਜੀ, ਔਰ ਅਗਲੀ ਗੱਲ ਵੀ ਹੈ ਜਿਹੜੀ, ਉਹ ਵੀ ਇੱਕ ਸ਼ਿਕਾਇਤ ਤੱਕ ਹੀ ਖੜ ਗਈ ਹੈ, ਉਹ ਤੇ ਕੋਈ ਵੱਡਾ ਐਕਸ਼ਨ ਹੋ ਸਕਦਾ ਜੀ? ਚਾਹ ਦੇ ਕੱਪ ਹੈ ਟ੍ਰੇਨ ਦੇ ਵਿੱਚ ਸਪਲਾਈ ਹੁੰਦੀ ਹੈ, ਤੇ ਮੈਂ ਵੀ ਚੌਂਕੀਦਾਰ ਵਾਲੀ ਚਰਚਾ ਉਹ ਤੇ ਚੱਲ ਰਹੀ ਹੈ। ਇਹ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਫੋਟੋ ਵਾਲੀਆਂ ਟਿਕਟਾਂ ਵਿਕੀ ਜਾਂਦੀਆਂ ਸੀ। ਪ੍ਰਧਾਨ ਮੰਤਰੀ ਦੀ ਫੋਟੋ ਵਾਲੀਆਂ ਟਿਕਟਾਂ ਰੇਲਵੇ ਵਿੱਚ ਹੀ ਨਹੀਂ, ਏਅਰ ਇੰਡੀਆ ਨੇ ਵੀ ਬੋਰਡਿੰਗ ਪਾਸਾਂ ਤੇ ਲਾਤੀਆਂ, ਬਿਲਕੁਲ, ਔਰ ਉਹਨਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਦੀਆਂ ਫੋਟੋ ਲਾਤੀ। ਹੁਣ ਜਦੋਂ ਬਹੁਤੇ ਬੰਦੇ ਫਿੱਟੀ ਉਹਨਾਂ ਨੇ ਉਹ ਕੀਤੇ, ਰੇਲਵੇ ਮੰਤਰਾਲਾ ਹੋਵੇ, ਰੇਲਵੇ ਬੋਰਡ ਹੋਵੇ, ਰੇਲਵੇ ਦੇ ਜ਼ੋਨਲ ਅਫਸਰ ਤੱਕ, ਇੱਦਾਂ ਹੀ
ਜੇ ਏਅਰ ਇੰਡੀਆ ਦੇ ਉੱਤੇ ਸਾਰੀ ਦੀ ਸਾਰੀ ਮੈਨੇਜਮੈਂਟ ਇਹਨਾਂ ਨੇ ਨਵੀਂ ਲਿਆ ਕੇ ਆਪਣੀ ਫਿੱਟ ਇਹੋ ਜਿਹੀ ਕੀਤੀ ਹੈ, ਜਿਨ੍ਹਾਂ ਨੂੰ ਆਪਣੇ ਮਾਲਕਾਂ ਨਾਲ ਨੌਕਰੀਦਾਤਿਆਂ ਨਾਲ ਮਤਲਬ ਹੈ ਤੇ ਉਹਨਾਂ ਦੀ ਖਾਤਰ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਜੀ। ਇਹੋ ਜਿਹੀਆਂ ਗੱਲਾਂ ਉਹ ਕਰਨਗੇ, ਵੱਧ ਤੋਂ ਵੱਧ ਕੀ ਹੋਵੇਗਾ, ਚੋਣ ਕਮਿਸ਼ਨ ਪਾਬੰਦੀ ਲਾ ਦੇਗਾ, ਉੱਤੋਂ ਪਾਬੰਦੀ ਲੱਗ ਜਾਏਗੀ, ਜਿਹੜੇ ਚਾਹ ਦੇ ਕੱਪਾਂ ਦੇ ਉੱਤੇ ਕੰਮ ਕਰਨਾ ਅਸੀਂ ਕਰ ਲਿਆ, ਉਹਦੀ ਬਾਅਦ ਵਿੱਚ ਚਰਚਾ ਇਸ ਢੰਗ ਨਾਲ ਹੋ ਜਾਏਗੀ। ਹਾਂ ਵੀ ਚਾਹ ਦੇ ਕੱਪ ਦੀ ਹੁਣ ਨੀ ਆਪਾਂ ਚਰਚਾ ਕਰਨੀ, ਨਹੀਂ ਜੀ ਹੁਣ ਨੀ ਕਰਨੀ ਕਿਉਂਕਿ ਚੋਣ ਕਮਿਸ਼ਨ ਨੇ ਰੋਕਤਾ, ਬਗੈਰ ਚਰਚਾ ਕੀਤੇ ਤੋਂ ਵੀ ਚਰਚਾ ਹੁੰਦੀ ਜਾਵੇਗੀ। ਟਿਕਟਾਂ ਦੇ ਮਾਮਲੇ ਚ ਹਰ ਇੱਕ ਥਾਂ ਦੇ ਉੱਤੇ ਚਰਚਾ ਲਿਖ ਕੇ ਲਾ ਦਿੱਤਾ ਜਾਵੇਗਾ। ਅੱਜ ਕੱਲ ਇੱਥੇ ਨਰਿੰਦਰ ਮੋਦੀ ਦੀ ਫੋਟੋ ਵਾਲੀਆਂ ਟਿਕਟਾਂ ਨਹੀਂ ਵਿਕਦੀਆਂ ਕਿਉਂਕਿ ਚੋਣ ਕਮਿਸ਼ਨ ਦਾ ਹੁਕਮ ਹੈ, ਬਗੈਰ ਟਿਕਟਾਂ ਵੇਚਿਆਂ ਤੋਂ ਟਿਕਟਾਂ ਦੀ ਗੱਲ ਜਿਹੜੀ ਹੈ ਉਹ ਕਹੀ ਜਾਵੇਗੀ ਤੇ ਚੱਲਦੀ ਜਾਵੇਗੀ। ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਕਈ ਢੰਗ ਹੈਗੇ ਨੇ। 1992 ਦੇ ਵਿੱਚ ਬਾਬਰੀ ਮਸਜਿਦ ਢਾਉਣ ਤੋਂ ਬਾਅਦ ਇਹ ਫੈਸਲਾ ਹੋਇਆ ਸੀ ਕਿ ਬਾਬਰੀ ਮਸਜਿਦ ਰਾਮ ਜਨਮ ਭੂਮੀ ਦਾ ਮੁੱਦਾ ਚੋਣਾਂ ਵਿੱਚ ਨਹੀਂ ਵਰਤਿਆ ਜਾਵੇਗਾ, ਤੇ ਬੀਜੇਪੀ ਲੀਡਰ ਨੇ ਸਭ ਥਾਵਾਂ ਤੇ ਰਾਮ ਤੋਂ ਭਗਵਾਨ ਥੇ ਹਮੇ ਲੋਕ ਪੁੱਛਦੇ ਰਾਮ ਮੰਦਿਰ ਕਿਆ ਬਣੇਗਾ, ਕਬ ਬਣੇਗਾ, ਕੈਸੇ ਬਣੇਗਾ, ਤੋ ਹਮ ਯੇ ਕਹਤੇ ਹੈ ਕਿ ਆਜ ਕੱਲ ਚੁਣਾਵ ਜਾਬਤਾ ਲਗਾ ਹੁਆ ਹੈ ਔਰ ਚੁਣਾਵ ਕੀ ਆਚਾਰ ਸੰਹਿਤਾ ਕੇ ਕਾਰਨ ਹਮ ਉਸਕੀ ਕੋਈ ਬਾਤ ਨਹੀਂ ਕਰ ਸਕਤੇ। ਇੰਨੀ ਗੱਲ ਕਹਿ ਕੇ ਬਗੈਰ ਕਹਿ ਤੋਂ ਵੀ ਸਾਰੀ ਗੱਲ ਕਹਿ ਜਾਂਦੇ ਸੀ, ਉਹ ਰਾਹ ਉਹਨਾਂ ਨੇ ਹੁਣ ਵੀ ਕਰ ਲੈਣਾ ਜੀ। ਤੇ ਪੰਨ ਸਾਹਿਬ, ਟੌਂਡਾ ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲਟੀਮੇਟਮ ਦੇਈ ਜਾਂਦਾ ਕਿ ਜੇ ਤੁਸੀਂ ਸਮਝੌਤਾ ਕਰ ਲਿਆ ਨਾ ਕਾਂਗਰਸ ਨਾਲ ਤੇ ਅਸੀਂ ਪਾਰਟੀ ਨੂੰ ਛੱਡ ਦੇਣਾ। ਜਿਹੜਾ ਟੌਂਡਾ ਪਰਿਵਾਰ ਹੈ ਹੁਣ ਤਾਂ ਉਹ ਕਿਸੇ ਗਿਣਤੀ ਗੁਣਤੀ ਤਾਂ ਹੈਗਾ ਨੀ, ਬਾਦਲਾਂ ਨੇ ਉਹਨਾਂ ਨੂੰ ਮਾਂਜ ਦਿੱਤਾ ਸੀ ਟੌਂਡੇ ਦੀ ਮੌਤ ਤੋਂ ਬਾਅਦ, ਕਿਸੇ ਪਾਸੇ ਜੋਗੇ ਰੱਖਿਆ ਨੀ ਸੀ। ਜਿਹੜਾ ਚੰਦੂ ਮਾਜਰਾ ਸਾਰੀ ਉਮਰ ਗੁਰਚਰਨ ਸਿੰਘ ਟੌੜੇ ਦਾ ਪੁੱਤ ਬਣ ਕੇ ਚੱਲਿਆ ਸੀ, ਉਹਨੇ ਆਪ ਅੱਗੇ ਲੱਗ ਕੇ ਟੌੜਾ ਪਰਿਵਾਰ ਦਾ ਰਗੜਾ ਕਢਾਇਆ ਸੀ। ਲੁਧਿਆਣੇ ਦੇ ਵਿੱਚ ਦੋ ਬੰਦੇ ਬੈਠੇ ਆ ਜਿਹੜੇ ਜਥੇਦਾਰ ਗੁਰਚਰਨ ਸਿੰਘ ਟੌੜੇ ਦੇ ਸਕੇ ਪੁੱਤ ਗਿਣੇ ਜਾਂਦੇ ਸਨ, ਉਹ ਇਸ ਵੇਲੇ ਟੌੜਾ ਪਰਿਵਾਰ ਦਾ ਰਗੜਾ ਕੱਢਣ ਚ ਨੇ ਔਰ ਬਾਦਲਾਂ ਦੇ ਸਭ ਤੋਂ ਪੱਕੇ ਚੇਲੇ ਉਹ ਬਣੇ ਪਏ ਨੇ। ਇਸ ਪਰਿਵਾਰ ਨੇ ਫਿਰ ਉਹਦੇ ਤੋਂ ਬਾਅਦ ਕਈ ਕਿਸਮ ਦੀਆਂ ਖੇਡਾਂ ਖੇਡੀਆਂ। ਪਿਛਲੀ ਵਾਰੀ ਆਮ ਆਦਮੀ ਪਾਰਟੀ ਚ ਵੀ ਚਲੇ ਗਏ, ਆਮ ਆਦਮੀ ਪਾਰਟੀ ਚ ਜਾਣ ਤੋਂ ਬਾਅਦ ਇਹ ਵੀ ਰੌਲਾ ਪਿਆ ਕਿ ਡਾਕਟਰ ਧਰਮਵੀਰ ਗਾਂਧੀ ਦੀ ਜਿੱਤ ਦੇ ਉੱਤੇ ਕੀ ਕੁਛ ਹੋਇਆ। ਫਿਰ ਇਹ ਸੁਖਪਾਲ ਖਹਿਰੇ ਨੂੰ ਵੀ ਮਿਲਦੇ ਰਹੇ ਨੇ ਜੀ, ਕਈ ਖੇਡਾਂ ਖੇਡੀਆਂ। ਇਹ ਪਰਿਵਾਰ ਹੁਣ ਇੱਕੋ ਵਕਤ ਦਸਵੀਂ ਬਾਰੀ ਥਾਈ ਸਾਈਆਂ ਲਾਈ ਬੈਠਾ, ਅਜੇ ਤੱਕ ਇਹਨਾਂ ਦੀ ਕੁੰਡੀ ਕਿਤੇ ਪੈਂਦੀ ਨੀ। ਮੇਰੀ ਜਾਣਕਾਰੀ ਇਹ ਹੈ ਕਿ ਇਹਨਾਂ ਨੇ ਬਾਦਲ ਪਰਿਵਾਰ ਦੇ ਕੋਲ ਵੀ ਇੱਕ ਤਰਲਾ ਜਿਹਾ ਮਾਰਿਆ ਕਿ ਸਾਨੂੰ ਵਾਪਸ ਲੈ ਲਓ, ਅਸੀਂ ਪੁਰਾਣੀ ਤਨਖਾਹ ਤੇ ਭਾਂਡੇ ਮਾਂਜਣ ਨੂੰ ਤਿਆਰ ਹਾਂ। ਜੇ ਕੱਲ ਨੂੰ ਉਹਨਾਂ ਦੇ ਕਿਸੇ ਲੀਡਰ ਨੇ ਆ ਕੇ ਕਹਿ ਤਾ ਇਹ ਕਹਿਣਗੇ ਸਾਡੀ ਘਰ ਵਾਪਸੀ ਹੋ ਗਈ, ਕੀ ਕਰ ਲਏਗਾ ਕੋਈ, ਘਰ ਵਾਪਸੀ ਹੋ ਗਈ ਹੈ ਤੇ ਹੋ ਗਈ ਹੈ, ਉਧਰ ਵੀ ਜਾ ਸਕਦੇ ਆ। ਇਸ ਵੇਲੇ ਹਾਸ਼ੀਏ ਤੇ ਨੇ, ਇਹ ਕੋਈ ਨਾ ਕੋਈ ਬਹਾਨਾ ਜਿਹਾ ਭਾਲਦੇ ਆ ਆਮ ਆਦਮੀ ਪਾਰਟੀ ਛੱਡਣ ਦਾ, ਤੇ ਉਹਦੇ ਚ ਉਦਾਂ ਦਾ ਨੁਕਸ ਜਿਵੇਂ ਤੇਰੇ ਘਰ ਨਹੀਂ ਵਸਣਾ ਦਾੜੀ ਹਿਲਦੀ ਹੈ, ਇਹ ਦਾੜੀ ਹਿਲਦੀ ਦਾ ਨੁਕਸ ਕੱਢ ਕੇ ਆਮ ਆਦਮੀ ਪਾਰਟੀ ਵੀ ਛੱਡ ਸਕਦੇ ਆ, ਕਿਸੇ ਵਕਤ ਵੀ ਇਹ ਛੱਡ ਕੇ ਕਿਸੇ ਹੋਰ ਪਾਸੇ ਜਾ ਸਕਦੇ ਆ। ਉਦਾਂ ਪੰਜਾਬ ਦੀ ਆਮ ਰਾਜਨੀਤੀ ਵਿਚ ਵੀ ਤੇ ਪੰਜਾਬ ਦੀ ਅਕਾਲੀ ਰਾਜਨੀਤੀ ਵਿਚ ਵੀ ਇਸ ਪਰਿਵਾਰ ਦਾ ਜਿਹੜਾ ਜਲਵਾ ਤੇ ਜਿਹੜਾ ਦਬਦਬਾ ਕਦੇ ਹੁੰਦਾ ਸੀ ਉਹ ਹੁਣ ਹੈ ਨੀ ਗਾ। ਹੁਣ ਤਾਂ ਇੱਕੋ ਮੇਰ ਤੱਕ ਹੀ ਮੇਰ ਦਾ ਸ਼ੇਰ ਹੁੰਦਾ ਸੀ, ਫਿਰ ਤੇ ਹਮੀਰ ਖੁਆਰ ਕੋਈ ਪੁੱਛਦਾ ਨਹੀਂ, ਇਹ ਤਾਂ ਹੁਣ ਉੱਥੇ ਕਹਿ ਕੇ ਫਿਰ ਤੇ ਹਮੀਰ ਖੁਆਰ ਕੋਈ ਪੁੱਛਦਾ ਨਹੀਂ, ਕੋਈ ਪੁੱਛਦਾ ਨਹੀਂ ਅੱਜ ਕੱਲ੍ਹ ਨੂੰ। ਤੇ ਕਾਫੀ ਕੁਛ ਹੋਰ ਹੈ ਜਿਹੜਾ ਜੀ ਆਮ ਆਦਮੀ ਪਾਰਟੀ ਚ ਚੱਲ ਰਿਹਾ, ਤੇ ਉਧਰੋਂ ਸੁਖਪਾਲ ਸਿੰਘ ਖਹਿਰਾ ਹੋ ਰਿਹਾ ਜਿਹੜੇ ਉਹ ਕਈ ਚੀਜ਼ਾਂ ਕਰੀ ਜਾਂਦੇ। ਇੱਕ ਤਾਂ NRIs ਨੂੰ ਕਹਿੰਦਾ ਕਿ ਬਈ ਤੁਸੀਂ ਹੁਣ ਦੇ ਦਿਓ ਮੇਰਾ ਸਾਥ, ਤੇ ਜਿਹੜੀ ਅੱਗੇ ਇਲੈਕਸ਼ਨ ਆਉਣੀ ਹੈ ਨਾ 5 ਟਿਕਟਾਂ NRIs ਨੂੰ ਦੇਣੀਆਂ ਸੀ ਵਿਧਾਨ ਸਭਾ ਦੇ ਵਿਚ, ਤੇ ਬਲਜਿੰਦਰ ਕੌਰ ਹੋਰਾਂ ਦੇ ਉੱਤੇ ਕੁਛ ਦੋਸ਼ ਵੀ ਲਾਇਆ ਜੀ। ਦੇਖੋ ਬਲਜਿੰਦਰ ਕੌਰ ਦੇ ਉੱਤੇ ਦੋਸ਼ ਲਾਉਣਾ ਵੀ ਰਨ ਲਾਈ ਜਾਵੇ, ਬਲਜਿੰਦਰ ਕੌਰ ਸਿਆਸੀ ਲੀਡਰ ਹੈ, ਜਦੋਂ ਸਿਆਸਤ ਵਿਚ ਆਈ ਹੈ ਤੇ ਉਹਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ, ਉੱਥੇ ਦੋਸ਼ ਲੱਗਣਗੇ ਲੱਗਦੇ ਆ। ਉਹਦੇ ਉੱਤੇ ਦੋਸ਼ ਦੀ ਵੋਟ ਦਾ ਵੀ ਵਿਚਾਰ ਰੌਲਾ ਪੈ ਚੁੱਕਾ, ਮੈਨੂੰ ਅੱਜ ਤੱਕ ਨੀ ਪਤਾ ਉਸ ਰੌਲੇ ਚ ਸੱਚ ਕੀ ਹੈ ਝੂਠ ਕੀ ਹੈ, ਜਿੰਨੀ ਸਾਡੇ ਕੋਲ ਖ਼ਬਰ ਆਉਂਦੀ ਅਸੀਂ ਉਹਦੀ ਚਰਚਾ ਵੀ ਕਰ ਦਿੰਦੇ ਹਾਂ, ਪਰ ਜਿੰਨਾ ਕੁ ਮੈਨੂੰ ਪਤਾ
ਅਜੇ ਤੱਕ ਉਸ ਕੁੜੀ ਦੇ ਉੱਤੇ ਕਰਪਸ਼ਨ ਦਾ ਕੋਈ ਦੋਸ਼ ਨਹੀਂ ਸੀ ਲੱਗਾ। ਸੁਖਪਾਲ ਸਿੰਘ ਖਹਿਰੇ ਨੇ ਪਹਿਲੀ ਵਾਰੀ ਉਹਦੇ ਬਾਰੇ ਏਦਾਂ ਦੀ ਗੱਲ ਕੀਤੀ ਹੈ। ਜੇ ਗੱਲ ਕੀਤੀ ਹੈ ਤੇ ਸੁਖਪਾਲ ਸਿੰਘ ਖਹਿਰੇ ਨੂੰ ਦੱਸਣਾ ਚਾਹੀਦਾ। ਜਿੰਨਾ ਕੁ ਮੈਂ ਜਾਣਦਾ ਤੇ ਬਠਿੰਡੇ ਦੇ ਲੋਕਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ, ਉਹਨਾਂ ਚੋਂ ਕਦੇ ਕਿਸੇ ਨੇ ਇਸ ਕੁੜੀ ਬਾਰੇ ਇਹ ਨਹੀਂ ਆਖਿਆ ਕਿ ਕੋਈ ਕਰਪਸ਼ਨ ਦੀ ਕਾਲੀ ਕਮਾਈ ਹੈ ਕਰਦੀ ਪਈ ਹੈ। ਜੇ ਕੁਛ ਹੋਵੇ ਤਾਂ ਸਾਹਮਣੇ ਆ ਜਾਣਾ ਚਾਹੀਦਾ। ਰਹਿ ਗਈ ਗੱਲ ਸੁਖਪਾਲ ਸਿੰਘ ਖਹਿਰੇ ਦੀ ਕਿ ਅਸੀਂ ਤਾਂ 5 NRI ਨੂੰ ਟਿਕਟਾਂ ਦੇਣੀਆਂ ਨੇ, 5 ਨੂੰ ਦੇਣ, 15 ਨੂੰ ਦੇ ਦੇਣ, ਪੰਜਾਬ ਦੀਆਂ 13 ਸੀਟਾਂ ਦੀਆਂ 13 ਦੀਆਂ 13 ਹੀ ਦੇ ਦੇਣ, ਨਾਲ ਦੇ ਦੋ ਸੂਬਿਆਂ ਚ ਵੀ ਦੇ ਦੇਣ, ਕੀ ਫਰਕ ਪਵੇਗਾ। NRI ਇੱਥੇ ਆ ਕੇ ਉਹ ਚੋਣਾਂ ਲੜਨਗੇ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈ, ਲੜ ਲੈਣ। ਅੱਗੇ ਜਿਹੜੇ NRI ਇੱਥੇ ਆ ਕੇ ਚੋਣਾਂ ਲੜਦੇ ਰਹੇ ਉਹਨਾਂ ਚੋਂ ਕਿਹੜਾ ਕੋਈ ਜਿੱਤ ਕੇ ਜਾਂਦਾ ਰਿਹਾ, ਇਹ ਹੁਣ ਉੱਥੇ ਕਿਹਨੂੰ ਜਿਤਾ ਲੈਣਗੇ। ਇਹਦੇ ਨਾਲ ਇੰਨਾ ਹੋਵੇਗਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਇੱਕ ਤਰ੍ਹਾਂ ਨਾਲ ਇਹ ਕਹਿ ਦੇਣਗੇ ਕਿ ਤੁਹਾਡੇ ਅਸਲੀ ਪੈਰੋਕਾਰ, ਤੁਹਾਡੇ ਅਸਲੀ ਪ੍ਰਤੀਨਿਧ ਅਸੀਂ। ਐਵੇਂ ਠੁਈਆਂ ਤੱਕਣ ਵਾਲੀ ਗੱਲ ਹੈਗੀ ਆ। ਇਹਨਾਂ ਕੋਲ 5-6 ਹਲਕੇ ਉਹ ਆ ਜਿਨ੍ਹਾਂ ਦੇ ਵਾਸਤੇ ਕੋਈ ਕੈਂਡੀਡੇਟ ਹੀ ਨਹੀਂ ਲੱਭਦਾ, ਤੇ ਜੇ ਲੱਭਦਾ ਕੋਈ ਨਹੀਂ ਤੇ ਚਲੋ ਕੋਈ ਨਾ ਕੋਈ ਤਾਂ ਬੰਦਾ ਖੜਾ ਕਰਨਾ ਹੀ ਹੈ। ਕਿਸੇ NRI ਨੂੰ ਕਹਿ ਦਿਓ ਆ ਜਾ ਚੋਣ ਲੜਨੀ, ਉਹਨੇ ਆਪਣਾ ਚੱਲ ਮੈਂ ਲੜ ਲੈਣਾ। ਇੱਥੇ ਕਈ ਸੱਜਣ ਹੈਗੇ ਆ ਜਿਨ੍ਹਾਂ ਨੂੰ ਇਹੋ ਜਿਹਾ ਚੱਕਾ ਹੈਗਾ ਕਿ ਜਾਓ ਉੱਥੇ 4 ਲੀਡਾਂ ਨਾਲ ਫੋਟੋ ਖਿਚਾਓ, ਵੋਟਾਂ ਮੰਗੋ, ਗੇੜਾ ਲਾਓ, ਆ ਜਾਓ। NRI ਦੀਆਂ ਕੁਝ ਆਰਗਨਾਈਜੇਸ਼ਨਾਂ ਵੀ ਹੈਗੀਆਂ ਮੈਂ ਵਿਦੇਸ਼ ਵਿੱਚ ਵੇਖਿਆ, ਜਿਹੜੇ ਕਹਿੰਦੇ ਅਸੀਂ ਆਹ ਕਰ ਦੇਣਾ ਆਹ ਕਰ ਦੇਣਾ। ਮੈਂ ਉਹਨਾਂ ਨੂੰ ਆਖਿਆ ਨਾ, ਜਿਹੜੇ 4 ਪੈਸੇ ਕਮਾਏ ਆ ਮਿਹਨਤ ਨਾਲ, ਤੁਹਾਡੇ ਬੱਚਿਆਂ ਨੂੰ ਚਾਹੀਦਾ ਇੱਥੇ ਆਪਣੇ ਪੈਸੇ ਬਚਾ ਕੇ ਰੱਖੋ। ਇਹ ਪੰਜਾਬ ਦੀ ਰਾਜਨੀਤੀ ਦਾ ਨਾ ਤੁਹਾਨੂੰ ਇੱਥੇ ਬੈਠਿਆਂ ਨੂੰ ਪਤਾ, ਨਾ ਤੁਹਾਡੇ ਆਖੇ ਚੱਲਦੀ ਆ। ਤੁਸੀਂ ਤਾਂ ਮਨਪ੍ਰੀਤ ਬਾਦਲ ਨੂੰ ਵੀ ਮੁੱਖ ਮੰਤਰੀ ਬਣਾਉਣ ਲੱਗੇ ਸੀ, 117 ਸੀਟਾਂ ਚੋਂ ਮਨਪ੍ਰੀਤ ਦਾ ਤੇ ਉਹਦੇ ਹਮਾਇਤੀਆਂ ਦਾ ਇੱਕ ਵੀ ਬੰਦਾ ਨਾ ਜਿੱਤਿਆ, ਗੋਲ ਅੰਡਾ ਆਇਆ ਸੀ। ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਜੋ ਹੈ ਪੰਜਾਬ ਦੀ ਸਰਕਾਰ ਸੌਂਪਣ ਲੱਗੇ ਸੀ, ਨਤੀਜਾ ਕੀ ਨਿਕਲਿਆ? ਪਹਿਲਾਂ ਤੇ ਤੁਹਾਡੇ NRI ਦੇ 25-30 ਧੜੇ ਬਣ ਗਏ, ਇੱਕ ਧੜਾ ਭਗਵੰਤ ਸਿੰਘ ਮਾਨ ਨਾਲ, ਇੱਕ HS ਫੂਲਕੇ ਨਾਲ, ਇੱਕ ਸੁਖਪਾਲ ਸਿੰਘ ਖਹਿਰੇ ਨਾਲ, ਪਤਾ ਨੀ ਕਿਹਦੇ ਕਿਹਦੇ ਨਾਲ ਕੌਣ ਕੌਣ ਖਲੋ ਗਿਆ। ਇੰਨੇ ਸਾਰੇ ਧੜੇ ਬਣਨ ਤੋਂ ਬਾਅਦ ਇਹ ਸਾਰੇ ਦੇ ਸਾਰੇ ਆਪੋ ਆਪਣੇ ਧੜੇ ਦੇ ਬੰਦੇ ਨੂੰ ਪ੍ਰਮੋਟ ਕਰਨ ਲੱਗ ਪਏ। ਹੁਣ ਅੱਜ ਕੱਲ ਵਿਦੇਸ਼ਾਂ ਵਿਚ ਮੈਂ ਜਿੰਨੇ ਕੁ ਲੋਕਾਂ ਨੂੰ ਮਿਲਿਆ ਪਿਛਲੇ 10 ਦਿਨਾਂ ਤੋਂ, ਮੈਂ ਜਿੰਨਿਆਂ ਕੁ ਨੂੰ ਮਿਲਿਆ ਉਹ ਸਾਰੇ ਹੱਸ ਕੇ ਆਖੀ ਜਾਂਦੇ ਜੀ ਜਿਹਦਾ ਬੇੜਾ ਡੁੱਬਣਾ ਜੀ ਉਹਦੇ ਹੱਕ ਵਿਚ NRI ਤੋਂ 4-5 ਬਿਆਨ ਦਵਾ ਦਿਓ ਜੀ। ਮੈਂ ਇੰਨਾ ਨਿਰਾਸ਼ਾਵਾਦੀ ਨੀ ਕਿ NRI ਦੇ ਬਿਆਨਾਂ ਨਾਲ ਬੇੜਾ ਡੁੱਬਦਾ, ਪਰ ਤਜਰਬਾ ਲੋਕੀ ਕਹਿੰਦੇ ਆ ਕਿ ਹੁਣ ਤੱਕ ਜਿਹਦੇ ਜਿਹਦੇ ਨਾਲ NRI ਨੇ ਲੋੜ ਤੋਂ ਵੱਧ ਸਰਗਰਮੀ ਵਿਖਾਈ ਹੈ, ਲੋੜ ਜੋਗੀ ਹੋਰ ਗੱਲ ਹੁੰਦੀ, ਲੋੜ ਤੋਂ ਵੱਧ ਸਰਗਰਮੀ ਵਿਖਾਈ ਹੈ, ਉਹਨਾਂ ਚ ਕੋਈ ਪਾਰ ਨਹੀਂ ਲੱਗਾ। ਇਹ ਸੁਖਪਾਲ ਸਿੰਘ ਖਹਿਰਾ ਵੀ ਉਸੇ ਪੁਰਾਣੀ ਸੋਚ ਨੂੰ ਕਲਟੀਵੇਟ ਕਰਨ ਦਾ ਯਤਨ ਕਰ ਰਿਹਾ, ਮੈਂ ਇੰਨੀਆਂ ਟਿਕਟਾਂ ਦੇ ਦੂ, ਇੰਨੀਆਂ ਦੇ ਦੂ, ਇੰਨੀਆਂ ਦੇ ਦੂ, ਟਿਕਟਾਂ ਤੇ ਇਹ ਦਵਾ ਦੂਗਾ, ਵੋਟਾਂ ਕਿਹੜੇ ਡਿਪੂ ਤੋਂ ਜਾ ਕੇ ਲਿਆਉਣੀਆਂ, ਉਹਦਾ ਵੀ ਕੋਈ ਰਾਸ਼ਨ ਕਾਰਡ ਹੈਗਾ, ਉੱਥੇ ਵੋਟਾਂ ਜਿੱਦਾਂ ਪੈਂਦੀਆਂ ਨੇ। ਵਿਦੇਸ਼ ਵਿਚ ਬੈਠਿਆਂ ਨੂੰ ਪਤਾ ਨੀ, ਉਹ ਜਾ ਕੇ ਉੱਥੇ ਸਿਰਫ ਖੱਜਲ ਹੋ ਸਕਦੇ, ਉਹਦਾ ਫਾਇਦਾ ਉਹਨਾਂ ਨੂੰ ਕੋਈ ਨੀ ਹੋਣਾ। ਤੇ ਪੰਨੂ ਸਾਹਿਬ ਨਾਲ ਅਸੀਂ ਕੁਛ ਗੱਲਾਂ ਕਰੀਏ ਜੀ ਅਕਾਲੀ ਦਲ ਦੀਆਂ। ਕਹਿੰਦੇ ਹਰਿਆਣੇ ਚ ਵੀ ਅਸੀਂ ਤਾਂ ਸਾਰੀਆਂ ਸੀਟਾਂ ਦੇ ਉੱਤੇ ਚੋਣ ਲੜਾਂਗੇ, ਇੱਧਰ ਉਹ BJP ਦੇ ਨਾਲ ਨੇ, ਉੱਥੇ BJP ਤੋਂ ਅਲੱਗ ਚੋਣ ਲੜਨ ਦੀ ਗੱਲ ਕਰ ਰਹੇ, ਇਹ ਪੋਸੀਬਿਲਿਟੀ ਹੈ ਜੀ? ਦਾਮੇਬਾਜੀ ਬਹੁਤ ਤਗੜੀ ਆ। ਪਿਛਲੀ ਵਾਰੀ ਤਾਂ ਇਹਨਾਂ ਨੇ ਬੰਦੇ ਖੜੇ ਕੀਤੇ ਸੀ ਕਿ ਸਾਡੀਆਂ ਵੋਟਾਂ ਸਮਝੌਤੇ ਚ BJP ਨਾਲ ਪ੍ਰੈਜ਼ੀਡੈਂਟ ਤੇ ਚਟਾਲਿਆਂ ਨੂੰ ਪਵਾ ਕੇ ਜਿਤਾਉਣਾ। ਇਸ ਵਾਰੀ BJP ਚਟਾਲਿਆਂ ਦੀ ਇਹੋ ਜਿਹੀ ਗੱਲ ਕੋਈ ਨੀ ਜੀ, ਇਸ ਵਾਰੀ ਇਹ ਕੁਝ ਥਾਵਾਂ ਤੇ ਬੰਦੇ ਖੜੇ ਕਰਕੇ ਚਟਾਲਿਆਂ ਦੀਆਂ ਵੋਟਾਂ ਪਾੜਨਗੇ। ਉਦੋਂ ਚਟਾਲਿਆਂ ਨਾਲ ਸਮਝੌਤੇ ਚ ਇਹਨਾਂ ਨੇ ਆਪਣੇ ਦੋ ਬੰਦੇ ਖੜੇ ਕੀਤੇ ਸੀ। ਇਸ ਵਾਰੀ ਕਿਉਂਕਿ ਚਟਾਲਿਆਂ ਦਾ ਟੱਬਰ ਪਾਟਾ, ਪਹਿਲੇ ਦਿਨ ਜੋ ਟੱਬਰ ਪਾਟਾ ਤੇ ਇੱਕ ਪੋਤੇ ਨੇ ਬਾਪੂ ਬਾਦਲ ਤੱਕ ਪਹੁੰਚ ਕੀਤੀ ਕਿ ਤੁਸੀਂ ਜਾਓ ਤੇ ਗੱਲ ਮੁਕਾਓ ਸਾਡੀ, ਬਾਪੂ ਨੇ ਆਖਿਆ ਮੈਂ ਜਾਊਂਗਾ, ਮੁੜ ਕੇ ਦੂਜੇ ਨੇ ਵੀ ਆਖਿਆ। 3 ਦਿਨ ਬਾਅਦ ਬਾਪੂ ਬਾਦਲ ਦਾ ਬਿਆਨ ਆਇਆ, ਮੇਰਾ ਤੇ ਆਪਣਾ ਘਰ ਨੀ ਰੋਕਾ ਰਿਹਾ, ਮੈਂ ਬੇਗਾਨਾ ਘਰ ਜਾ ਕੇ ਕਿੱਦਾਂ ਠੀਕ ਕਰ ਦੂ। ਹੁਣ ਉਹ ਬੇਗਾਨਾ ਘਰ ਹੋ ਗਿਆ, ਪਹਿਲਾਂ ਤੇ ਇੱਕ ਦੂਸਰੇ ਦੇ ਸਾਈਂ ਜਿਉਂਦੇ ਸੀ। ਓਮ ਪ੍ਰਕਾਸ਼ ਚਟਾਲਾ ਜੇਲ੍ਹ ਵਿਚ ਸੀ, ਵਿਧਾਨ ਸਭਾ ਚੋਣਾਂ ਚ ਉਹਦੇ ਪਰਿਵਾਰ ਵੱਲੋਂ
ਸਾਰੀ ਚੋਣ ਮੁਹਿੰਮ ਦੀ ਅਗਵਾਈ ਤਾਂ ਬਾਦਲ ਪਿਓ ਪੁੱਤ ਨੇ ਕੀਤੀ, ਉਹਦੇ ਤੇ ਆਪਣਾ ਘਰ ਦਾ ਪਰਿਵਾਰ ਸੀ। ਸ਼੍ਰੋਮਣੀ ਕਮੇਟੀ ਜਿਹਦਾ ਟੋੜੇ ਨਾਲ ਝਗੜਾ ਹੋਵੇ ਕੈਪਟਨ ਅਮਰਿੰਦਰ ਸਿੰਘ ਨਾਲ ਹੋਵੇ, ਇਹ ਆਪਣੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚੁੱਕ ਕੇ ਬਾਲਾ ਸਾਹਿਬ ਲੈ ਜਾਂਦੇ ਸੀ, ਇਸ ਕਰਕੇ ਲੈ ਜਾਂਦੇ ਸੀ ਕਿ ਉੱਥੇ ਚਕਾਲਿਆਂ ਦੀ ਸਰਕਾਰ ਸੀ ਤੇ ਆਪਣਾ ਪਰਿਵਾਰ ਸੀ। ਉਹਨੇ ਕਹਿੰਦੇ ਬਗਾਨਾ ਘਰ, ਇਸ ਵੇਲੇ ਬਗਾਨਾ ਘਰ ਜਦੋਂ ਪਾਟਾ ਪਿਆ, ਚਟਾਲੇ ਦਾ ਇੱਕ ਮੁੰਡਾ ਉਸ ਪਾਸੇ ਇੱਕ ਉਸ ਪਾਸੇ, ਵੱਡਾ ਮੁੰਡਾ ਤੇ ਉਹਦਾ ਪਰਿਵਾਰ ਪਾਸੇ ਹੋਇਆ ਤੇ ਛੋਟਾ ਮੁੰਡਾ ਵਿਧਾਨ ਸਭਾ ਚ ਵਿਰੋਧੀ ਧਿਰ ਦਾ ਲੀਡਰ ਸੀ, ਉਹਦੀ ਵਿਰੋਧੀ ਧਿਰ ਦੀ ਲੀਡਰੀ ਗਈ, ਮੰਤਰੀ ਦਾ ਦਰਜਾ ਖੁੱਸ ਗਿਆ। ਬਾਦਲਾਂ ਨੇ ਦਖਲ ਕੋਈ ਨਹੀਂ ਦਿੱਤਾ। ਲੋਕੀ ਇਹ ਕਹਿੰਦੇ ਜੀ ਬਾਦਲ ਉਹਨਾਂ ਚ ਨਾਲ ਸੀ ਜਦ ਤੱਕ ਉਹ ਪਰਿਵਾਰ ਇਕੱਠਾ ਸੀ ਤੇ ਚੱਲਦਾ ਸੀ, ਉਸ ਪਰਿਵਾਰ ਦਾ ਦਬਦਬਾ ਸੀ। ਹੁਣ ਜਦੋਂ ਬੀਜੇਪੀ ਦੀ ਸਰਕਾਰ ਬਣਨ ਤੋਂ ਬਾਅਦ ਬੀਜੇਪੀ ਨੇ ਦਖਲ ਦੇ ਕੇ ਉਸ ਪਰਿਵਾਰ ਚ ਪਾਟਕ ਪਾਤਾ ਤੇ ਬਾਦਲ ਵੀ ਉਸ ਪਰਿਵਾਰ ਤੋਂ ਪਾਸੇ ਹੋ ਚੁੱਕੇ ਨੇ, ਬਲਕਿ ਇਹ ਚਾਹੁੰਦੇ ਆ ਕਿ ਪਾਟਕ ਰੁਕ ਨਾ ਜਾਵੇ, ਵੱਧਦਾ ਜਾਵੇ। ਤੇ ਜੇ ਵੱਧਦਾ ਜਾਵੇ ਤੇ ਬੀਜੇਪੀ ਨਾਲ ਟੁੱਟੀ ਗੰਢਣ ਵਾਸਤੇ ਜਿਹੜਾ ਪਹਿਲਾਂ ਇਹਨਾਂ ਦੀ ਸਾਂਝ ਟੁੱਟ ਗਈ ਸੀ 2014 ਦੀਆਂ ਵਿਧਾਨ ਸਭਾ ਚੋਣਾਂ ਚ, ਉਹ ਸਾਂਝ ਦੁਬਾਰਾ ਪਾਉਣ ਵਾਸਤੇ ਇਹ ਉੱਥੇ ਜਾ ਕੇ ਚਟਾਲਿਆਂ ਦੇ ਮੁਕਾਬਲੇ ਜਾਂ ਕਾਂਗਰਸ ਦੇ ਮੁਕਾਬਲੇ ਬੰਦੇ ਖੜੇ ਕਰਕੇ ਸਿੱਖ ਵੋਟਾਂ ਪਾੜ ਸਕਦੇ ਆ, ਪੰਜਾਬੀ ਵੋਟਾਂ ਪਾੜ ਸਕਦੇ ਜਿਹੜੀਆਂ ਹਰਿਆਣੇ ਚ ਹੈਗੀਆਂ ਨੇ, ਤਾਂ ਕਿ ਬੀਜੇਪੀ ਸੌਖੀ ਜਿੱਤ ਜਾਵੇ। ਇਹ ਉਹਦਾ ਕੰਮ ਕਰਨ ਵਾਸਤੇ ਜਾ ਰਿਹਾ। ਉੱਥੋਂ ਹਰਿਆਣੇ ਚੋਂ ਜਾ ਕੇ ਇਹਨਾਂ ਨੂੰ ਮਿਲਣਾ ਕੀ ਹੈ, ਕਿਸੇ ਸੀਟ ਤੋਂ 2000 ਵੋਟਾਂ ਪੈਣਗੀਆਂ, ਕਿਸੇ ਤੋਂ 3 ਪੈਣਗੀਆਂ। 2-3 ਵੱਡੀਆਂ ਸੀਟਾਂ ਨੇ ਜਿੱਥੋਂ ਇਹਨਾਂ ਨੂੰ 10-20 ਹਜ਼ਾਰ ਤੱਕ ਵੀ ਵੋਟਾਂ ਪੈ ਸਕਦੀਆਂ, ਪਰ ਸੀਟ ਜਿੱਤਣ ਵਾਸਤੇ ਤਾਂ ਉੱਥੇ ਕਦੇ ਜਾ ਹੀ ਨਹੀਂ ਰਿਹਾ, ਚੱਲੇ ਇਸ ਕਰਕੇ ਆ ਕਿ ਆਪਣੀ ਹੋਂਦ ਉੱਤੇ ਜ਼ਾਹਰ ਕਰਨੀ। ਜੀ ਅਪਨ ਸਾਹਿਬ, ਸਿੱਖ ਕਤਲੇਆਮ ਦੇ ਮਾਮਲੇ ਆ ਜਿਹੜੇ ਬੜੀ ਚਰਚਾ ਦੇ ਵਿਚ ਹੈ, ਇੱਕ ਐਸ ਆਈ ਟੀ ਬਣੀ ਸੀ, ਹੁਣ ਸੁਪਰੀਮ ਕੋਰਟ ਨੇ ਉਸ ਨੂੰ 2 ਮਹੀਨਿਆਂ ਦਾ ਹੋਰ ਸਮਾਂ ਦਿੱਤਾ। ਉਸ ਐਸ ਆਈ ਟੀ ਨੇ ਆਪ ਸਮਾਂ ਮੰਗਿਆ ਕੁਛ ਗੱਲਾਂ ਦੇ ਵਿਚ, ਜੋ ਸਮਾਂ ਮੰਗਦੀ ਆ ਤੇ ਦਿੱਤਾ ਜਾ ਸਕਦਾ। ਅਸਲ ਵਿਚ ਜਦੋਂ ਇਹੋ ਜਿਹੇ ਮੌਕੇ ਤੇ ਆ ਕੇ ਸਮਾਂ ਮੰਗਦੀ ਐਸ ਆਈ ਟੀ ਤੇ ਲੋਕਾਂ ਦੇ ਮਨ ਵਿਚ ਇਹ ਭਰਮ ਜ਼ਰੂਰ ਆ ਜਾਂਦਾ ਕਿ ਐਸ ਆਈ ਟੀ ਅਸਲ ਵਿਚ ਪਾਰਲੀਮੈਂਟ ਚੋਣਾਂ ਦਾ ਸਮਾਂ ਲੰਘਾਉਣਾ ਚਾਹੁੰਦੀ ਹੈ, ਤਾਂ ਕਿ ਇਹ ਚੋਣਾਂ ਲੰਘ ਜਾਣ ਤੇ ਫਿਰ ਉਹ ਨਵੀਂ ਸਰਕਾਰ ਵੱਲ ਵੇਖ ਕੇ ਡਿਸਾਈਡ ਕਰ ਲੈਣ ਕਿ ਅਸੀਂ ਅਗਲਾ ਕਦਮ ਕੀ ਚੁੱਕਣਾ। ਬਹੁਤੇ ਲੋਕਾਂ ਨੂੰ ਪਤਾ ਨੀ ਚੋਣਾਂ ਦੇ ਨਤੀਜੇ ਕਿੰਨੇ ਜ਼ਿਆਦਾ ਭਾਰੂ ਹੁੰਦੇ ਹੁੰਦੇ ਆ। ਮੈਂ ਤੁਹਾਨੂੰ 2007 ਦੀ ਗੱਲ ਦੱਸਦਾ, ਬਾਦਲ ਪਿਓ ਪੁੱਤ ਦੇ ਖਿਲਾਫ ਕੇਸ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਕਤ ਬਣੇ ਹੋਏ ਕੇਸ, ਜਿਸ ਦਿਨ ਨਤੀਜਾ ਆਉਣਾ ਸੀ ਸਰਕਾਰ ਪੂਰੇ ਯਕੀਨ ਵਿਚ ਸੀ ਕਿ ਦੁਬਾਰਾ ਕਾਂਗਰਸ ਦੀ ਬਣ ਜਾਣੀ ਹੈ, ਬਾਦਲਾਂ ਨੇ ਆਉਣਾ ਨਹੀਂ। ਉਧਰੋਂ ਰੋਪੜ ਦੀ ਅਦਾਲਤ ਵਿਚ ਅਡੀਸ਼ਨਲ ਡਿਸਟ੍ਰਿਕਟ ਅਟਾਰਨੀ ਜਿਹੜਾ ਸੀ ਉਹ ਬਹਿਸ ਕਰਦਾ ਪਿਆ ਸੀ ਬਾਦਲਾਂ ਦੇ ਖਿਲਾਫ, ਸਰਕਾਰ ਦਾ ਪੱਖ ਪੇਸ਼ ਕਰ ਰਿਹਾ ਸੀ। ਉਧਰੋਂ ਇਹ ਖ਼ਬਰ ਆ ਗਈ ਕਿ ਬਾਦਲ ਜਿੱਤ ਗਿਆ, ਸਰਕਾਰ ਉਹਨਾਂ ਦੀ ਬਣਨੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਾਰ ਰਹੀ ਹੈ। ਜ਼ਿਲ੍ਹਾ ਅਟਾਰਨੀ ਅਦਾਲਤ ਵਿਚ ਜਾ ਵੜਿਆ ਤੇ ਉਹਨੇ ਜਾ ਕੇ ਅਦਾਲਤ ਨੂੰ ਜੱਜ ਨੂੰ ਆਖਿਆ ਜੀ ਇਹ ਕਾਰਵਾਈ ਜੇ ਰੋਕ ਦਿੱਤੀ ਜਾਵੇ ਦੁਪਹਿਰ ਤੋਂ ਬਾਅਦ ਅਸੀਂ ਨਵਾਂ ਵਕੀਲ ਪੇਸ਼ ਕਰਾਂਗੇ। ਅਡੀਸ਼ਨਲ ਐਡਵੋਕੇਟ ਜਿਹੜਾ ਸੀ ਉੱਥੇ ਡਿਸਟ੍ਰਿਕਟ ਅਟਾਰਨੀ, ਉਹਨੇ ਆਖਿਆ ਜੀ ਮੈਂ ਬਹਿਸ ਕਰਦਾ ਰਿਹਾ, ਤੁਸੀਂ ਕਰਦਾ ਪਿਆ, ਤੁਸੀਂ ਮੈਨੂੰ ਕਿਉਂ ਟੋਕਦੇ ਹੋ, ਤੁਸੀਂ ਤਾਂ ਟੋਕ ਸਕਦੇ ਹੋ। ਡਿਸਟ੍ਰਿਕਟ ਅਟਾਰਨੀ ਨੇ ਆਖਿਆ ਤੂੰ ਅਡੀਸ਼ਨਲ ਡਿਸਟ੍ਰਿਕਟ ਅਟਾਰਨੀ ਆ, ਮੈਂ ਅਸਲ ਚ ਡਿਸਟ੍ਰਿਕਟ ਅਟਾਰਨੀ ਆ, ਤੇਰੇ ਤੋਂ ਉੱਪਰ ਹੈ, ਇਹ ਤਾਕਤ ਮੇਰੇ ਕੋਲ ਹੈ ਕਿ ਫੈਸਲਾ ਕਰਨਾ ਕੌਣ ਕੇਸ ਪੇਸ਼ ਕਰੂਗਾ, ਕੌਣ ਬਹਿਸ ਕਰੂਗਾ, ਮੈਂ ਨਹੀਂ ਚਾਹੁੰਦਾ। ਇਹਦੇ ਉੱਤੇ ਅਦਾਲਤ ਵਿਚ ਹਾਸੋਹੀਣੀ ਸਥਿਤੀ ਹੋ ਗਈ ਕਿ ਸਰਕਾਰ ਦੇ 2 ਵਕੀਲ ਜ਼ਿਲ੍ਹਾ ਅਟਾਰਨੀ ਤੇ ਅਡੀਸ਼ਨਲ ਜ਼ਿਲ੍ਹਾ ਅਟਾਰਨੀ ਆਪੋ ਚ ਲੜਨ ਲੱਗ ਪਏ। ਫਿਰ ਜੱਜ ਨੇ ਆਖਿਆ ਠੀਕ ਹੈ ਅਦਾਲਤ ਉੱਠ ਚਲੀ ਹੈ, ਤੁਸੀਂ ਦੁਪਹਿਰੋਂ ਬਾਅਦ ਫੈਸਲਾ ਕਰਕੇ ਆਇਓ। ਦੁਪਹਿਰੋਂ ਬਾਅਦ ਅਡੀਸ਼ਨਲ ਡਿਸਟ੍ਰਿਕਟ ਅਟਾਰਨੀ ਨਹੀਂ ਗਿਆ ਤੇ ਡਿਸਟ੍ਰਿਕਟ ਅਟਾਰਨੀ ਆਪ ਜਾ ਕੇ ਪੇਸ਼ ਹੋਇਆ ਤੇ ਜਿਹੜੀ ਸਵੇਰ ਤੱਕ ਬਹਿਸ ਸੀ ਸਾਰੀ ਬਾਦਲਾਂ ਦੇ ਖਿਲਾਫ, ਉਹਨੇ ਟੋਟਲੀ ਸਾਰੀ ਬਹਿਸ ਬਦਲ ਕੇ ਤੇ ਨਵੀਂ ਦਲੀਲ ਉੱਥੇ ਪੇਸ਼ ਕਰਤੀ ਜੀ ਸਰਕਾਰ ਬਦਲ ਗਈ ਹੈ, ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਅਸੀਂ ਨਵੇਂ ਹਾਲਾਤ ਵਿਚ ਫਿਰ ਸਾਰਾ ਪੱਖ ਪੇਸ਼ ਕਰਾਂਗੇ। ਐਨ ਇਸ ਮੌਕੇ ਤੇ ਜਦੋਂ ਸੱਜਣ ਕੁਮਾਰ ਦਾ ਮਾਮਲਾ ਗਿਆ, ਚੋਣਾਂ ਦਾ ਨੋਟੀਫਿਕੇਸ਼ਨ ਹੋ ਚੁੱਕਾ, ਕਈਆਂ ਥਾਵਾਂ ਦੇ ਉੱਤੇ ਚੋਣਾਂ ਹੁੰਦੀਆਂ ਪਈਆਂ, ਕਈਆਂ ਦੀਆਂ ਅਗਲੇ ਦਿਨਾਂ ਚ, ਉਦੋਂ ਜੇ ਐਸ ਆਈ ਟੀ ਇਹ ਮੰਗ ਕਰਦੀ ਹੈ ਕਿ ਸਾਨੂੰ ਸਮਾਂ ਦਿੱਤਾ ਜਾਵੇ ਤੇ ਉਸ ਸਮੇਂ ਦੇ ਨਾਲ ਜੋੜ ਕੇ ਲੋਕਾਂ ਨੂੰ ਇਹ ਸੋਚਣ ਦਾ ਪੂਰਾ ਹੱਕ ਮਿਲ ਜਾਂਦਾ ਕਿ ਇਹਦਾ ਮਤਲਬ ਅਸਲ ਵਿਚ ਵਿਸ਼ੇਸ਼ ਜਾਂਚ ਟੀਮ ਨੂੰ, ਸੀ ਬੀ ਆਈ ਨੂੰ ਤਾਂ ਪਹਿਲਾਂ ਵੀ ਲੀਡਰਾਂ ਦੇ ਪਿੰਜਰੇ ਦਾ ਤੋਤਾ ਕਿਹਾ ਜਾਂਦਾ,
ਫਿਰ ਸੀਬੀਆਈ ਦੀ ਟੀਮ ਵੀ ਅਸਲ ਵਿਚ ਕਿਸੇ ਨਾ ਕਿਸੇ ਤਰੀਕੇ ਚੋਣਾਂ ਦਾ ਸਮਾਂ ਲੰਘਾਉਣ ਵਾਸਤੇ ਸਮਾਂ ਮੰਗਦੀ ਹੋ ਸਕਦੀ ਹੈ। ਪਿਛਲੇ ਸਮੇਂ ਚ ਇਸੇ ਐਸਆਈਟੀ ਨੇ ਸੱਜਣ ਕੁਮਾਰ ਨੂੰ ਸਜ਼ਾ ਦਵਾਈ ਹੈ, ਪਰ ਉਹ ਸਜ਼ਾ ਇਸ ਕਰਕੇ ਨਹੀਂ ਮਿਲੀ ਕਿ ਐਸਆਈਟੀ ਬਣੀ ਸੀ। ਇਹਦਾ ਪਹਿਲਾ ਕ੍ਰੈਡਿਟ ਤੇ ਜਾਂਦਾ ਐਚਐਸ ਫੂਲਪੁਰ ਨੂੰ, ਜਿਹੜਾ 34 ਸਾਲਾਂ ਤੋਂ ਲਗਾਤਾਰ ਕੇਸ ਲੜਦਾ ਆਇਆ ਸੀ, ਇੱਕ ਪੈਸਾ ਵੀ ਲੈ ਬਗੈਰ ਮੁਫ਼ਤ ਲੜਦਾ ਆਇਆ ਸੀ। ਦੂਸਰਾ, ਰਜਿੰਦਰ ਸਿੰਘ ਚੀਮਾ ਬਹੁਤ ਵਧੀਆ ਵਕੀਲ ਹੈ। ਜਦੋਂ ਸਿੱਖਾਂ ਦੀ ਮੰਗ ਉੱਤੇ ਉਸ ਵਕੀਲ ਨੂੰ ਸੀਬੀਆਈ ਦੇ ਨਾਲ ਲਾਇਆ ਗਿਆ ਤੇ ਉਸ ਵਕੀਲ ਨੇ ਸੀਬੀਆਈ ਵੱਲੋਂ ਸਾਰਾ ਪੱਖ ਪੇਸ਼ ਕੀਤਾ, ਦੱਬੀਆਂ ਪਈਆਂ ਫਾਈਲਾਂ ਪੁੱਟੀਆਂ, ਦੱਬੇ ਪਏ ਸਬੂਤ ਪੁੱਟੇ, ਤੇ ਜੇ ਸੱਜਣ ਕੁਮਾਰ ਨੂੰ ਜੇਲ੍ਹ ਭਜਵਾਇਆ ਤੇ ਉੱਥੋਂ ਤੱਕ ਸਾਰੇ ਕੇਸ ਦੀ ਅਗਵਾਈ ਕੀਤੀ ਹੈ ਤੇ ਹਰਜਿੰਦਰ ਸਿੰਘ ਚੀਮਾ ਨੇ ਕੀਤੀ ਹੈ। ਜਿਹੜੀ ਐਸਆਈਟੀ ਵਗੈਰਾ ਬਣੀ, ਇਹ ਤਾਂ ਅੱਜ ਬਣੀ ਕੱਲ ਟੁੱਟੀ, ਇਹ ਸਰਕਾਰਾਂ ਤੇ ਨਿਰਭਰ ਕਰਦੀ ਹੈ। ਅਦਾਲਤ ਵਿਚ ਪੇਸ਼ਕਾਰੀ ਕਰਨ ਦੇ ਵਿਚ ਹਰਜਿੰਦਰ ਸਿੰਘ ਚੀਮਾ ਤੇ ਐਚਐਸ ਫੂਲਕਾ ਦਾ ਆਪਣਾ ਆਪਣਾ ਰੋਲ ਹੈ। ਐਚਐਸ ਫੂਲਕਾ ਨੇ 34 ਸਾਲ ਤੱਕ ਇਸ ਕੇਸ ਨੂੰ ਠੰਡਾ ਨਹੀਂ ਪੈਣ ਦਿੱਤਾ, ਲਗਾਤਾਰ ਲੜਾਈ ਰੱਖ ਕੇ ਤੇ ਗਰਮ ਰੱਖਿਆ ਤੇ ਹਰਜਿੰਦਰ ਸਿੰਘ ਚੀਮਾ ਨੇ ਸਬੂਤਾਂ ਸਮੇਤ ਟਿਕਾਣੇ ਤੇ ਲਿਆ ਕੇ ਵਿਧਾਨੀ ਸਖ਼ਤ ਮਾਰੀ ਤੇ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ। ਹੁਣ ਐਸਆਈਟੀ ਦਾ ਇਹੋ ਜਿਹੇ ਮੌਕੇ ਤੇ ਆ ਕੇ ਸਮਾਂ ਮੰਗਣਾ ਹੈਰਾਨੀ ਵਾਲੀ ਗੱਲ ਹੈ ਜੀ। ਤੇ ਇੱਕ ਹੋਰ ਮਾਮਲਾ ਸੀਗਾ ਜੀ, ਜੋਗਿੰਦਰ ਸਿੰਘ ਦੇ ਭਰਾ ਦੇ ਕਤਲ ਦਾ ਮਾਮਲਾ, ਔਰ ਉਸ ਮਾਮਲੇ ਦੇ ਵਿਚ ਸੱਜਣ ਕੁਮਾਰ ਦੀ ਜਿਹੜੀ ਸ਼ਨਾਖਤ ਹੈ ਉਹ ਵੀ ਕਰ ਲਈ ਗਈ ਹੈ। ਸੱਜਣ ਕੁਮਾਰ ਦੀ ਸ਼ਨਾਖਤ ਪਹਿਲਾਂ ਚਾਮ ਕੌਰ ਨੇ ਕੀਤੀ ਜੀ, ਕਈਆਂ ਨੇ ਕੀਤੀ ਹੈ, ਇੱਕ ਉਹ ਤੇ ਇੱਕ ਜਿਹੜਾ ਜਗਦੀਸ਼ ਟਾਈਟਲਰ ਆ। ਦਿੱਲੀ ਦੇ ਕਤਲੇਆਮ ਦੇ ਮਾਮਲੇ ਵਿਚ ਸਭ ਤੋਂ ਵੱਧ ਬਦਨਾਮ ਤੇ ਦੋਵੇਂ ਕਾਂਗਰਸੀ ਲੀਡਰ ਨੇ, ਜਗਦੀਸ਼ ਟਾਈਟਲਰ ਹੋਵੇ ਜਾਂ ਸੱਜਣ ਕੁਮਾਰ ਹੋਵੇ, ਦਵਾਈਆਂ ਦੀ ਘਾਟ ਨਹੀਂ ਸੀ, ਪਛਾਣਨ ਵਾਲਿਆਂ ਦੀ ਘਾਟ ਨਹੀਂ ਸੀ, ਇਹਨਾਂ ਨੂੰ ਬਚਾਉਣ ਵਾਲੇ ਬਹੁਤ ਸਨ, ਉਹ ਕਿਸੇ ਨਾ ਕਿਸੇ ਪਾਸੋਂ ਲਾਂਘਾ ਦੇ ਦਿੰਦੇ ਸਨ। ਹੁਣ ਜਗਿੰਦਰ ਸਿੰਘ ਵਾਲੇ ਕੇਸ ਦੇ ਵਿਚ ਵੀ ਜਦੋਂ ਇਹ ਦੱਸਿਆ ਗਿਆ ਕਿ ਕਤਲਾਂ ਦੀ ਅਗਵਾਈ ਇਹ ਕਰਦਾ ਸੀ, ਥਾਣੇ ਵਿਚ ਰਿਪੋਰਟ ਦਰਜ ਕਰਾਉਣੀ ਸੀ ਤੇ ਪੁਲਿਸ ਵਾਲਿਆਂ ਨੇ ਆਖਿਆ ਕਿ ਸੱਜਣ ਕੁਮਾਰ ਪਾਰਲੀਮੈਂਟ ਮੈਂਬਰ ਹੈ ਜੀ, ਉਹਦੇ ਖਿਲਾਫ਼ ਅਸੀਂ ਸ਼ਿਕਾਇਤ ਨਹੀਂ ਲਿਖਣੀ। ਇੱਥੇ ਅਦਾਲਤ ਨੂੰ ਪਹਿਲਾ ਕੰਮ ਇਹ ਚਾਹੀਦਾ ਕਿ ਉਹਦਾ ਥਾਣੇਦਾਰ ਸੀ ਉਸ ਦਿਨ ਦਾ ਤੇ ਮੁਨਸ਼ੀ ਸੀ, ਉਹਨਾਂ ਦੋਵਾਂ ਨੂੰ ਟੰਗਣ ਦਾ ਆਰਡਰ ਕਰ ਦੇਵੇ ਤੇ ਲਿਆਓ ਲੱਭ ਕੇ ਇੱਥੇ ਲਿਆ ਕੇ ਨੁੱਕਰ ਚ ਖੜੇ ਕਰੋ ਕਿ ਤੁਸੀਂ ਉਦੋਂ ਪਰਚਾ ਕਿਉਂ ਨਹੀਂ ਸੀ ਦਰਜ ਕੀਤਾ, ਤੁਹਾਨੂੰ ਨਹੀਂ ਪਤਾ ਕਤਲ ਹੋਇਆ ਸੀ। ਉਸ ਵਕਤ ਅਨਰਥ ਹੋਇਆ ਸੀ, 3000 ਦੇ ਕਰੀਬ ਸਿੱਖ ਮਾਰੇ ਗਏ ਸਨ ਦਿੱਲੀ ਚ, ਇਹ ਦੱਬੇ ਗਏ, ਕਿਸੇ ਨੇ ਪਰਵਾਹ ਨਹੀਂ ਕੀਤੀ, ਉਦੋਂ ਪਰਵਾਹ ਨਹੀਂ ਸੀ ਕੀਤੀ, ਹੁਣ ਸਾਰੇ ਕੇਸ ਇੱਕ ਇੱਕ ਕਰਕੇ ਨਿਕਲ ਰਹੇ ਆ। ਅਜੇ ਤਾਂ ਸੱਜਣ ਕੁਮਾਰ ਦੇ ਕਈ ਕੇਸ ਹੋਰ ਨਿਕਲਣਗੇ, ਜਿਹੜੇ ਕੇਸਾਂ ਨੂੰ ਪੁਲਿਸ ਦਿੱਲੀ ਦੀ ਬੰਦ ਕਰ ਚੁੱਕੀ ਸੀ ਇਹ ਕਹਿ ਕੇ ਕਿ ਇਹਨਾਂ ਦੇ ਵਿਚ ਕੋਈ ਸਬੂਤ ਨਹੀਂ ਮਿਲਦਾ, ਅਨਟ੍ਰੇਸ ਨੇ ਜਾਂ ਕੱਚੇ ਨੇ ਜਾਂ ਸਬੂਤ ਸਾਬਤ ਕਰਨ ਜੋਗੇ ਨੇ, ਉਹ ਸਾਰੇ ਕੇਸ ਵੀ ਰਜਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਜਿਸ ਤਰ੍ਹਾਂ ਫੋੜਾ ਫੜੀ ਕਰਕੇ ਲੱਭੇ ਗਏ, ਕੱਢੇ ਗਏ ਤੇ ਅਦਾਲਤਾਂ ਵੱਲ ਤੋਰੇ ਗਏ ਨੇ, ਉਹਦੇ ਤੋਂ ਲੱਗਦਾ ਕਿ ਅਜੇ ਸੱਜਣ ਕੁਮਾਰ ਇਹਦੇ ਤੋਂ ਵੀ ਵੱਧ ਹੋਰ ਬੇਪਰਦ ਹੋਵੇਗਾ। ਤੇ ਪੰਨੂ ਸਾਹਿਬ, ਇੱਕ ਜਿਹੜਾ ਸਮਝੌਤਾ ਐਕਸਪ੍ਰੈਸ ਵਾਲਾ, ਵੈਸੇ ਤਾਂ ਤੁਸੀਂ ਦੱਸਿਆ ਸੀ ਕਿ ਸਮਝੌਤਾ ਐਕਸਪ੍ਰੈਸ ਨੂੰ ਮਿਲਾਉਣ ਵਾਲੀ ਟ੍ਰੇਨ ਹੈ, ਉਸ ਮਾਮਲੇ ਦੇ ਉੱਤੇ ਹੁਣ ਜੱਜ ਸਾਹਿਬ ਹੈ ਜਿਹੜੀ, ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਹੈ, ਜੱਜਮੈਂਟ ਆਈ ਹੈ, ਉਹ ਵੀ ਕਾਫੀ ਚਰਚਾ ਦੇ ਵਿਚ ਹੈ। ਉਹ ਕਹਿੰਦੇ NIA ਨੇ ਪੁਖਤਾ ਸਬੂਤ ਹੀ ਨਹੀਂ ਪ੍ਰਦਾਨ ਕੀਤੇ, ਹਾਲਾਂਕਿ ਕੇਸ ਹੈ ਜਿਹੜਾ ਉਹ ਸੀ ਬਹੁਤ ਸੋਲਿਡ, ਕਹਿੰਦੇ ਪਰ ਜਿਹੜੇ ਮੁਲਜ਼ਮ ਹੈ ਉਹਨਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਸੀ। ਇਹ ਗੱਲ ਠੀਕ ਹੈ, ਜਦੋਂ ਪਹਿਲਾਂ ਉਹਨਾਂ ਦੇ ਖਿਲਾਫ਼ ਸਬੂਤ ਸਨ ਉਹ ਸਬੂਤ ਪੇਸ਼ ਕੀਤੇ ਗਏ ਤੇ ਸਵਾਮੀ ਅਸੀਮਾਨੰਦ ਤੇ ਹੋਰਨਾਂ ਨੂੰ ਜੇਲ੍ਹ ਵਿਚ ਭੇਜਿਆ ਗਿਆ, ਜਦੋਂ ਉਹਨਾਂ ਸਬੂਤਾਂ ਨੂੰ ਅੱਗੇ ਲਿਆ ਕੇ ਉਹਨਾਂ ਤੇ ਬਹਿਸ ਕਰਨੀ ਤੇ ਡਾਕੂਮੈਂਟਰੀ ਐਵੀਡੈਂਸ ਸਾਰੀ ਪੇਸ਼ ਕਰਨੀ ਸੀ, ਸੀਬੀਆਈ ਨੇ NIA ਕਹੋ NIA ਨੇ ਸਾਰਾ ਕੁਝ ਪੇਸ਼ ਨਹੀਂ ਕੀਤਾ, ਕਿਉਂਕਿ ਸਰਕਾਰ ਬਦਲ ਜਾਣ ਤੋਂ ਬਾਅਦ NIA ਦੀ ਨੀਤ ਵੀ ਬਦਲ ਗਈ, NIA ਉਹਨਾਂ ਬੰਦਿਆਂ ਨੂੰ ਬਚਾਉਣ ਵਾਲੇ ਪਾਸੇ ਨੂੰ ਤੁਰ ਪਏ, ਫਿਰ ਉਹ ਸਬੂਤ ਪੇਸ਼ ਨਹੀਂ ਕੀਤੇ ਗਏ, ਤਾਂ ਗੱਲ ਸੱਚੀ ਹੈ। ਇਹ ਕੱਲਾ ਮਾਮਲਾ ਇੱਕੋ ਨਹੀਂ, ਤੁਸੀਂ ਇਹਦੇ ਨਾਲ ਜੇ ਨੀਤਾਂ ਹੀ ਪਰਖਣੀਆਂ ਹੋਣ ਤੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੱਕ ਟੈਲੀਕਾਮ ਸਕੈਂਡਲ ਹੋਇਆ ਸੀ, ਉਹਦੇ ਚ ਉਸ ਵਕਤ ਦਾ ਕੇਂਦਰੀ ਮੰਤਰੀ AA ਰਾਜਾ ਜੇਲ੍ਹ ਗਿਆ, ਤਾਮਿਲਨਾਡੂ ਦੇ ਮੁੱਖ ਮੰਤਰੀ ਕਰੁਣਾਨਿਧੀ ਦੀ ਧੀ ਕਨੀਮੋਈ
ਆਪਣਾ 6 ਮਹੀਨੇ ਦਾ ਬੱਚਾ ਘਰ ਛੱਡ ਕੇ ਜੇਲ ਰਹੀ 6 ਮਹੀਨੇ ਤੇ ਨਤੀਜਾ ਕੀ ਨਿਕਲਿਆ? ਸਾਰੇ ਦੋਸ਼ੀ ਬਰੀ ਹੋ ਗਏ ਤੇ ਜੱਜ ਨੇ ਕੇਸ ਵਿਚ ਲਿਖਿਆ ਕਿ 7 ਸਾਲ ਲਗਾਤਾਰ ਮੈਂ ਸਵੇਰੇ 10 ਵਜੇ ਆ ਕੇ ਬਹਿ ਜਾਂਦਾ ਸਾਂ, ਸ਼ਾਮ ਨੂੰ ਉੱਠ ਕੇ ਚਲ ਜਾਂਦਾ ਸਾਂ, ਕਿਸੇ ਏਜੰਸੀ ਨੇ ਕੋਈ ਕੇਸ ਹੀ ਪੇਸ਼ ਨਹੀਂ ਕੀਤਾ। ਉਹਨਾਂ 7 ਚੋਂ 3.5 ਸਾਲ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਸੀ, 3.5 ਸਾਲ ਨਰਿੰਦਰ ਮੋਦੀ ਦੀ ਸਰਕਾਰ ਦੇ ਸੀ, ਉਹ ਕੇਸ ਪੇਸ਼ ਕਿਉਂ ਨਾ ਕੀਤਾ? ਨਰਿੰਦਰ ਮੋਦੀ ਦੀ ਸਰਕਾਰ ਨੇ ਕਿਉਂ ਨਾ ਕੀਤਾ? ਮਨਮੋਹਨ ਸਿੰਘ ਦੀ ਸਰਕਾਰ ਤਾਂ ਆਪਣੇ ਬੰਦੇ ਬਚਾਉਂਦੀ ਹੋਵੇਗੀ, ਇਹਨਾਂ ਨੇ ਪੇਸ਼ ਕਿਉਂ ਨਾ ਕੀਤਾ? ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਬੂਤ ਹੈ ਨਹੀਂ ਗੇ। ਜੱਜ ਠੀਕ ਕਹਿੰਦਾ ਕਿ ਮੇਰੇ ਕੋਲ ਸਬੂਤ ਨਹੀਂ ਪੇਸ਼ ਕੀਤੇ ਗਏ। ਜੱਜ ਆਪਣੇ ਤੌਰ ਤੇ ਕਿਸੇ ਨੂੰ ਨਾ ਛੱਡ ਸਕਦਾ ਨਾ ਫਾਂਸੀ ਲਾ ਸਕਦਾ। ਅਦਾਲਤ ਜਿਹੜੀ ਹੈ ਕਾਨੂੰਨ ਅੰਨਾ ਹੁੰਦਾ, ਕਾਨੂੰਨ ਦੀ ਦੇਵੀ ਦੇ ਅੱਖਾਂ ਦੇ ਉੱਤੇ ਪੱਟੀ ਬੱਧੀ ਹੁੰਦੀ ਹੈ, ਉਹ ਫੈਸਲਾ ਕਰਦੀ ਹੈ। ਜੋ ਕੁਝ ਉਹਦੇ ਸਾਹਮਣੇ ਡਾਕੂਮੈਂਟ ਪੇਸ਼ ਕੀਤੇ ਜਾਂਦੇ, ਜੋ ਬਹਿਸ ਹੁੰਦੀ ਹੈ, ਵਕੀਲ ਆਪੋ ਚ ਝਗੜਦੇ ਆ, ਉਹ ਸਾਹਮਣੇ ਬਹਿਸਦੇ ਆ, ਜਿੱਥੇ ਜਾ ਕੇ ਇੱਕ ਧਿਰ ਦਾ ਵਕੀਲ ਚੁੱਪ ਹੋ ਜਾਂਦਾ, ਉਦੋਂ ਦੂਜੀ ਧਿਰ ਦੇ ਵਕੀਲ ਦੀ ਗੱਲ ਜਿਹੜੀ ਅਦਾਲਤ ਮੰਨ ਲੈਂਦੀ ਹੈ। ਜੱਜ ਸਾਹਿਬ ਨੇ ਠੀਕ ਆਖਿਆ ਕਿ ਸਬੂਤ ਪੂਰੇ ਪੇਸ਼ ਨਹੀਂ ਕੀਤੇ ਗਏ। ਜੀ ਪੰਨ ਸਾਹਿਬ, ਇੱਕ ਸਵਾਲ ਮੈਨੂੰ ਹੋਰ ਵੀ ਆਇਆ ਸੀ ਕਿ ਜੋ ਰਾਜੀਵ ਗਾਂਧੀ ਦਾ ਮਾਮਲਾ ਸੀ ਉਦੋਂ ਵੀ ਕਿਹੋ ਜਿਹਾ ਕੇਸ ਸੀਗਾ, ਕੀ ਨਾਂ ਸੀ ਉਹਨਾਂ ਦਾ, ਨਿਸ਼ਾ ਬਾਨੋ ਦਾ ਕੇਸ? ਸ਼ਾਹਬਾਨੋ ਦਾ ਕੇਸ ਇਹਨਾਂ ਵਰਗਾ ਨਹੀਂ ਸੀ। ਇਹ ਕੇਸ ਤਾਂ ਅੱਤਵਾਦ ਦਾ ਕੇਸ ਨੇ, ਕੇਸ ਕਰਪਸ਼ਨ ਦੇ ਕੇਸ ਨੇ। ਉਹਦਾ ਮਾਮਲਾ ਇਹ ਸੀਗਾ ਕਿ ਉਹਨੂੰ ਉਹਦੇ ਪਤੀ ਨੇ ਛੱਡਤਾ, ਉਸ ਪਤੀ ਦੇ ਖਿਲਾਫ਼ ਉਹਨੇ ਕੇਸ ਲੜਿਆ। ਸੁਪਰੀਮ ਕੋਰਟ ਨੇ ਆਖਿਆ ਕਿ ਪਤੀ ਗਲਤ ਕਰਦਾ, ਉਹਨੂੰ ਖਰਚਾ ਦੇਣਾ ਪਊ। ਪਤੀ ਵਕੀਲ ਸੀ ਜੀ, ਉਹ ਬੇਸ਼ਰਮ ਵਕੀਲ ਹੋਰਨਾਂ ਲੋਕਾਂ ਦੀਆਂ ਛੱਡੀਆਂ ਹੋਈਆਂ ਔਰਤਾਂ, ਤਲਾਕਸ਼ੁਦਾ ਔਰਤਾਂ ਦੇ ਕੇਸ ਆਪਣੇ ਪਤੀਆਂ ਦੇ ਖਿਲਾਫ਼ ਲੜਦਾ ਸੀ ਤੇ ਆਪਣੀ ਪਤਨੀ ਦੇ ਕੇਸ ਵਿਚ ਇਹ ਦਲੀਲ ਲੈਂਦਾ ਸੀ ਕਿ ਸ਼ਰ੍ਹਾਂ ਦੇ ਮੁਤਾਬਕ ਮੇਰੀ ਪਤਨੀ ਜਿਹੜੀ ਆ ਮੇਰੇ ਉੱਤੇ ਖਰਚੇ ਦਾ ਦਾਅਵਾ ਨਹੀਂ ਕਰ ਸਕਦੀ। ਜਿਹੜਾ ਵਕੀਲ ਬਗਾਨੀਆਂ ਬੀਵੀਆਂ ਦੇ ਕੇਸ ਲੜਦਾ ਕਿ ਖਰਚਾ ਮਿਲਣਾ ਚਾਹੀਦਾ, ਉਹ ਆਪਣੀ ਪਤਨੀ ਦੇ ਕੇਸ ਵਿਚ ਕਹਿੰਦਾ ਸੀ ਕਿ ਇਹ ਦਾਅਵਾ ਹੀ ਨਹੀਂ ਕਰ ਸਕਦੀ। ਹੁਣ ਇਹ ਗੱਲ ਬੜੀ ਅਜੀਬ ਸੀ, ਸੁਪਰੀਮ ਕੋਰਟ ਨੇ ਉਹਨੂੰ ਝਾੜ ਪਾਈ, ਉਹ ਕੇਸ ਉਹਦੇ ਖਿਲਾਫ ਹੋ ਗਿਆ। ਇਹਦੇ ਤੋਂ ਮੁਸਲਮਾਨਾਂ ਵਿਚ ਰੌਲਾ ਪਿਆ ਕਿ ਸਾਡੇ ਧਾਰਮਿਕ ਮਾਮਲਿਆਂ ਚ ਦਖਲ ਹੈ, ਸ਼ਰ੍ਹਾਂ ਫੈਸਲਾ ਕਰੇਗੀ, ਸੁਪਰੀਮ ਕੋਰਟ ਨਹੀਂ ਕਰ ਸਕਦੀ। ਰਾਜੀਵ ਗਾਂਧੀ ਨੇ ਮੁਸਲਮਾਨਾਂ ਦੀਆਂ ਵੋਟਾਂ ਵਧੀਆਂ ਰੱਖਣ ਵਾਸਤੇ ਉਹਨਾਂ ਨੂੰ ਖੁਸ਼ ਕਰਨ ਲਈ ਉਹਦਾ ਫੈਸਲਾ ਸੀ ਅਦਾਲਤ ਦਾ, ਉਹ ਪਲਟ ਪਾ। ਉਹ ਫੈਸਲਾ ਪਲਟਣ ਨਾਲ ਮੁਸਲਿਮ ਔਰਤਾਂ ਵਿਚ ਮਾੜਾ ਸਿਗਨਲ ਗਿਆ ਸਰਕਾਰ ਦੇ ਪ੍ਰਤੀ, ਪਰ ਮੁਸਲਮਾਨ ਭਾਈਚਾਰੇ ਦੇ ਜਿਹੜੇ ਧਾਰਮਿਕ ਆਗੂ ਸਨ, ਸਿਆਸੀ ਆਗੂ ਸਨ, ਉਹਨਾਂ ਸਾਰਿਆਂ ਨੇ ਰਾਜੀਵ ਗਾਂਧੀ ਨੂੰ ਕਹਿਤਾ ਤੇਰੀਆਂ ਵੋਟਾਂ ਪੱਕੀਆਂ, ਕਿਤੇ ਮੁਸਲਿਮ ਸ਼ਰ੍ਹਾਂ ਚ ਦਖਲ ਨਹੀਂ ਦਿੰਦਾ। ਰਾਜੀਵ ਗਾਂਧੀ ਨੇ ਇਹ ਵੀ ਨਾ ਵੇਖਿਆ ਕਿ ਜਿਹੜਾ ਕੰਮ ਉਹਦੇ ਤੋਂ ਮੁਸਲਿਮ ਲੀਡਰਾਂ ਨੇ ਕਰਵਾ ਲਿਆ, ਉਹ ਤਾਂ ਲਾਗੇ ਪਾਕਿਸਤਾਨ ਦੇ ਵਿਚ ਤੇ ਕਈ ਹੋਰ ਦੇਸ਼ਾਂ ਦੇ ਵਿਚ ਜਿੱਥੇ ਇਸਲਾਮੀ ਸਰਕਾਰਾਂ ਨੇ ਉੱਥੇ ਵੀ ਹੈ ਨਹੀਂ, ਤੇ ਜੇ ਉੱਥੇ ਵੀ ਇੰਨੀ ਤੇ ਉਹਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਸੋ ਉਹ ਕਿਸ ਤਰ੍ਹਾਂ ਤੋਂ ਵੱਖਰੀ ਕਿਸਮ ਦਾ ਸੀ, ਉਹ ਕੇਸ ਹੋਣ ਵਾਲਿਆਂ ਕੇਸਾਂ ਨਾਲ ਕਿਸੇ ਵੀ ਤਰੀਕੇ ਜੁੜਦਾ ਨਹੀਂ ਗਾ, ਥੋੜਾ ਜਿਹਾ ਡਿਫਰੈਂਟ ਮਾਮਲਾ ਸੀ ਜੀ। ਪੰਨ ਸਾਹਿਬ, ਕਾਂਗਰਸ ਦੇ ਵੱਲੋਂ ਕੁਛ ਕੁ ਉਮੀਦਵਾਰ ਹੈ ਜਿਹੜੇ ਉਹ ਤੈਅ ਕਰਨ ਦੀਆਂ ਖਬਰਾਂ ਆ ਰਹੀਆਂ ਕਿ ਬੀਬੀ ਪ੍ਰਨੀਤ ਕੌਰ, ਰਵਨੀਤ ਬਿੱਟੂ, ਸੁਨੀਲ ਜਾਖੜ ਤੇ ਚੌਧਰੀ ਸਾਹਿਬ ਸੋਡੇ ਜਲੰਧਰ ਵਾਲੇ। ਸੋ ਬਾਕੀਆਂ ਦਾ ਕੀ ਹੋ ਸਕਦਾ ਜੀ, ਔਰ ਕਿੰਨਾ ਕੁ ਰੌਲਾ ਰੱਪਾ ਪਾਰਟੀ ਦੇ ਵਿਚ ਪੈਂਦੇ ਸਾਰ ਹੈ ਜਦੋਂ ਪੰਜਾਬ ਦੀਆਂ ਸੀਟਾਂ ਦੇ ਉੱਤੇ ਅਸੀਂ ਨਜ਼ਰ ਮਾਰਦੇ? ਦੇਖੋ, 2014 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇਹ ਆਖਿਆ ਗਿਆ ਸੀ ਕਿ ਇੱਕ ਪਰਿਵਾਰ ਚ ਦੋ ਟਿਕਟਾਂ ਨਹੀਂ ਦੇਣੀਆਂ, ਸਿਰਫ ਇੱਕੋ ਦੇਣੀਆਂ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਮੈਂ ਆਪਣੇ ਵਾਸਤੇ ਸਿਰਫ ਇੱਕ ਸੀਟ ਤੋਂ ਚੋਣ ਲੜਦੇ ਹਾਂ ਜੀ, ਦੂਜੀ ਕਿਸੇ ਤੇ ਨਹੀਂ ਜਾਵਾਂਗਾ, ਦੂਜੀ ਆਪਣੇ ਪਰਿਵਾਰ ਦੇ ਕਿਸੇ ਜੀਵ ਵਾਸਤੇ ਚੋਣ ਨਹੀਂ ਲੜਾਂਗਾ, ਟਿਕਟ ਨਹੀਂ ਮੰਗਾਂਗਾ, ਪਰ ਮੈਂ ਆਪ ਹੀ ਦੂਜੀ ਸੀਟ ਜਿਹੜੀ ਆ ਬਾਦਲ ਨੂੰ ਬੰਨ ਕੇ ਰੱਖਣ ਵਾਸਤੇ ਲੰਬੀ ਚ ਕਾਗਜ਼ ਭਰਾਂਗਾ। ਉਹਨੇ ਭਰ ਦਿੱਤੇ, ਦੋਵਾਂ ਸੀਟਾਂ ਤੇ ਲੜਿਆ, ਲੰਬੀ ਚੋਂ ਹਾਰ ਗਿਆ, ਪਟਿਆਲੇ ਚੋਂ ਜਿੱਤ ਗਿਆ। ਇਹ ਇੱਕ ਪੱਖ, ਆਪਣੇ ਪਰਿਵਾਰ ਦੇ ਕਿਸੇ ਜੀਵ ਵਾਸਤੇ ਵੀ ਟਿਕਟ ਨਾ ਮੰਗੀ, ਇਹ ਦੂਜਾ ਪੱਖ ਸੀ। ਤੀਜਾ ਇਹ ਸੀ ਕਿ ਲਾਲ ਸਿੰਘ ਵਰਗੇ ਧੜੱਲੇਦਾਰ ਲੀਡਰ ਨੇ ਆਪਣੇ ਪੁੱਤਰ ਵਾਸਤੇ ਟਿਕਟ ਮੰਗੀ, ਦੇ ਦਿੱਤੀ, ਜਦੋਂ ਉਹਨੇ ਆਖਿਆ ਮੈਨੂੰ ਵੀ ਹੁਣ ਦੇ ਦਿਓ, ਕਹਿੰਦਾ ਨਾ, ਪਰਿਵਾਰ ਚ ਇੱਕੋ ਦੇਣੀ ਆ। ਇਹ ਤੀਜਾ ਪੱਖ। ਪਰ ਜਦੋਂ ਚੌਧਰੀ ਸੰਤੋਖ ਸਿੰਘ ਪਾਰਲੀਮੈਂਟ ਮੈਂਬਰ ਸੀ ਜਲੰਧਰ ਦਾ ਜੀ,
ਇਹਨੇ ਆਖਿਆ ਫਲੌਰ ਦੀ ਸੀਟ ਮੈਂ ਛੱਡੀ ਆ ਤੇ ਮੇਰੇ ਮੁੰਡੇ ਵਾਸਤੇ ਦੇ ਦਿੱਤੀ ਜਾਵੇ ਵਿਕਰਮ ਵਾਸਤੇ, ਉਹਨੂੰ ਸੀਟ ਦੇ ਦਿੱਤੀ। ਗਲਤ ਕੀਤਾ ਗਿਆ ਸੀ, ਪ੍ਰਤਾਪ ਸਿੰਘ ਬਾਜਵੇ ਦੇ ਭਰਾ ਨੂੰ ਵੀ ਸੀਟ ਦਿੱਤੀ ਗਈ ਸੀ, ਇੱਦਾਂ ਦੇ ਜਿਹੜੇ ਕੰਮ ਕੀਤੇ ਉਹ ਗਲਤ ਕੀਤੇ ਗਏ ਸਨ। ਹੁਣ ਉਹ ਫਾਰਮੂਲਾ ਟੁੱਟ ਚੁੱਕਾ। ਇਸ ਵਾਰੀ ਟਿਕਟਾਂ ਦੀ ਵੰਡ ਵਿਚ ਪਟਿਆਲੇ ਦੀ ਸੀਟ ਤੋਂ ਬੀਬੀ ਪ੍ਰਨੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ। ਮੈਂ ਅੱਜ ਤੱਕ ਉਹਨੂੰ ਕਦੇ ਆਹਮੋ ਸਾਹਮਣੇ ਕਿਸੇ ਸਮਾਗਮ ਵਿਚ ਬੋਲਦੇ ਵੀ ਨੀ ਸੁਣਿਆ, ਸਾਡੇ ਕਦੇ ਆਪਸ ਵਿਚ ਅਸੀਂ ਕਦੇ ਮਿਲੇ ਨਹੀਂ। ਪਰ ਪਟਿਆਲੇ ਦੇ ਲੋਕਾਂ ਤੋਂ ਜਿਹੜੀ ਫੀਡਬੈਕ ਮਿਲਦੀ ਉਹ ਇਹ ਕਿ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਦੀ ਘਰਵਾਲੀ ਹੋਣ ਤੋਂ ਇਲਾਵਾ ਇੱਕ ਆਪਣੀ ਹਸਤੀ ਦੀ ਮਾਲਕ ਹੈ। ਉਹਨੂੰ ਪਟਿਆਲੇ ਦੇ ਲੋਕ ਸੋਸ਼ਲ ਵਰਕਰ ਦੇ ਤੌਰ ਤੇ ਜਾਣਦੀ ਹੈ, ਘਰੋਂ ਘਰੇ ਤੁਰੀ ਫਿਰਦੀ ਹੈ, ਉਹਦੇ ਉੱਤੇ ਕੋਈ ਦਾਗ ਨਹੀਂ, ਬੜਾ ਸਾਊ ਉਹਦਾ ਅਕਸ ਹੈ। ਕਾਂਗਰਸ ਪਾਰਟੀ ਜੇ ਉਹਨੂੰ ਟਿਕਟ ਦਿੰਦੀ ਹੈ ਤੇ ਟਿਕਟ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਟਿਕਟ ਨਹੀਂ, ਉਹ ਪ੍ਰਨੀਤ ਕੌਰ ਦੀ ਟਿਕਟ ਗਿਣੀ ਜਾਣੀ ਚਾਹੀਦੀ ਹੈ, ਉਹਦਾ ਇੱਕ ਵੱਖਰਾ ਆਪਣਾ ਅਕਸ ਹੈ। ਚੌਧਰੀ ਸੰਤੋਖ ਸਿੰਘ ਇਸ ਵੇਲੇ ਜਲੰਧਰ ਤੋਂ ਪਾਰਲੀਮੈਂਟ ਮੈਂਬਰ ਹੈ। ਉਹ ਸੀਟ ਪਹਿਲਾਂ ਉੱਥੇ ਸਿਟਿੰਗ ਮੈਂਬਰ ਹੁੰਦਾ ਸੀ ਮਹਿੰਦਰ ਸਿੰਘ, ਕੇਪੀ ਉੱਥੋਂ ਛੁਡਾ ਕੇ ਇਹਨੂੰ ਦਿੱਤੀ ਗਈ ਸੀ। ਕੇਪੀ ਕਹਿੰਦਾ ਜੀ ਮੈਨੂੰ ਤੁਸੀਂ ਭੇਜਿਆ ਸੀ ਹੁਸ਼ਿਆਰਪੁਰ, ਮੈਂ ਹਾਰ ਗਿਆ, ਮੇਰੀ ਜਿੱਤੀ ਸੀਟ ਇਹਨੂੰ ਦਿੱਤੀ ਸੀ, ਹੁਣ ਇਹਦੀ ਜਿੱਤੀ ਖੋ ਕੇ ਮੈਨੂੰ ਦਿਓ ਜੀ। ਇਹਦੇ ਉੱਤੇ ਕਾਫੀ ਰੌਲਾ, ਪਰ ਪਤਾ ਲੱਗਾ ਕਿ ਪੰਜਾਬ ਦੀ ਸਕਰੀਨਿੰਗ ਕਮੇਟੀ ਨੇ ਸਿਫਾਰਿਸ਼ ਕਰੇ ਚੌਧਰੀ ਸੰਤੋਖ ਦੀ ਕਰਤੀ ਹੈ। ਰਵਨੀਤ ਸਿੰਘ ਬਿੱਟੂ ਦੇ ਖਿਲਾਫ਼ ਦੋ ਤਿੰਨ ਕਾਂਗਰਸੀ ਮੰਤਰੀਆਂ ਨੇ ਜ਼ੋਰ ਲਾਇਆ, ਲਾ ਲੈਣਗੇ, ਉਹਦੇ ਬਾਵਜੂਦ ਸਕਰੀਨਿੰਗ ਕਮੇਟੀ ਨੇ ਉਹਦੀ ਸਿਫਾਰਿਸ਼ ਕਰ ਦਿੱਤੀ ਹੈ। ਇਸ ਤਰ੍ਹਾਂ ਕੁਝ ਥਾਵਾਂ ਤੋਂ ਸਿਫਾਰਿਸ਼ਾਂ ਹੋਈਆਂ ਨੇ, ਜਿੰਨੀਆਂ ਕੁ ਸਿਫਾਰਿਸ਼ਾਂ ਹੋ ਗਈਆਂ ਬਾਕੀ ਵੀ ਇੱਕ ਦੋ ਦਿਨਾਂ ਚ ਹੋ ਜਾਣਗੀਆਂ। ਅਜੇ ਤਾਂ ਬੀਜੇਪੀ ਵਾਲਿਆਂ ਦੀ ਵੀ ਤਹਿ ਨੀ ਬੈਠੀ, ਹੁਣ ਉਹਨਾਂ ਦੇ ਵਿੱਚ ਵੀ ਇਹ ਹੋ ਸਕਦਾ ਕੱਲ ਨੂੰ ਕੋਈ ਉਮੀਦਵਾਰਾਂ ਦੀ ਅਦਲਾ ਬਦਲੀ ਹੋ ਜਾਵੇ, ਅਜੇ ਉਹਨਾਂ ਦਾ ਵੀ ਕੋਈ ਪਤਾ ਨੀ ਪੱਕਾ ਲੱਗਦਾ ਪਿਆ। ਅਕਾਲੀਆਂ ਦੀ ਵੀ ਅਜੇ ਤਹਿ ਨੀ ਬੈਠੀ। ਆਮ ਆਦਮੀ ਪਾਰਟੀ ਅਜੇ ਤੱਕ ਦਿੱਲੀ ਵੱਲ ਝਾਕਦੀ ਹੈ ਕਿ ਪੰਜਾਬ ਵਿਚ ਅਸੀਂ ਕਾਂਗਰਸ ਨਾਲ ਸੌਦਾ ਕਰਨਾ ਕਿ ਨਹੀਂ ਕਰਨਾ। ਸੋ ਅਜੇ ਮੁੱਢਲਾ ਪੜਾਵਾ ਐਡੀ ਕੋਈ ਗੱਲ ਨੀ, ਜਿੰਨਾ ਚਿਰ ਤੱਕ ਸਾਰਾ ਕੁਝ ਡਿਕਲੇਅਰ ਨੀ ਹੁੰਦਾ ਉਹਨਾਂ ਚਿਰ ਤੱਕ ਕਾਲੇ ਪੈਣ ਦੀ ਲੋੜ ਨਹੀਂ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਜੀ। ਮਨ ਸਾਹਿਬ ਇੱਕ ਸਵਾਲ ਆਇਆ, ਕਹਿੰਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਹੈ ਜਿਹੜੀ ਉਹ ਚੋਣ ਕਮਿਸ਼ਨ ਨੂੰ ਕਿਉਂ ਦਿੱਤੀ ਜਾਂਦੀ ਹੈ? ਉਹ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਜਿੱਥੇ ਕਿਤੇ ਕੋਈ ਸਟਾਰ ਪ੍ਰਚਾਰਕ ਜਾਣੇ ਹੁੰਦੇ ਆ ਉਹਨਾਂ ਵਾਸਤੇ ਫਿਰ ਉਚੇਚੇ ਪ੍ਰਬੰਧ ਕਰਨੇ ਪੈਂਦੇ ਉੱਥੋਂ ਦੀਆਂ ਸਰਕਾਰਾਂ ਨੂੰ, ਉਹਨਾਂ ਵਾਸਤੇ ਉੱਥੋਂ ਦੀਆਂ ਸਰਕਾਰਾਂ ਨੂੰ ਹੈਲੀਪੈਡ ਵਗੈਰਾ ਦੀਆਂ ਸਹੂਲਤਾਂ ਜਿਹੜੀਆਂ ਉਹ ਦੇਣੀਆਂ ਪੈਂਦੀਆਂ ਨੇ। ਉਹਨਾਂ ਸਰਕਾਰਾਂ ਨੂੰ ਇਹਨਾਂ ਸਹੂਲਤਾਂ ਦੇ ਨਾਲ ਨਾਲ ਕੁਛ ਮਾਮਲਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਰਾਜਨੀਤਿਕ ਪ੍ਰਚਾਰ ਦੀਆਂ ਉਹਨਾਂ ਦੀਆਂ ਸਹੂਲਤਾਂ ਚ ਥੋੜਾ ਜਿਹਾ ਵਾਧਾ ਇਸ ਤਰ੍ਹਾਂ ਦਾ ਕਰਨਾ ਪੈਂਦਾ ਕਿ ਜਿੱਥੇ ਉਹਨਾਂ ਦਾ ਪ੍ਰਚਾਰ ਚੱਲਦਾ ਹੋਵੇ ਦੂਸਰੀ ਧਿਰ ਇੱਕ ਮਿੱਥੀ ਹੱਦ ਦੇ ਅੰਦਰ ਉਸ ਟਾਈਮ ਦੇ ਉੱਤੇ ਕੁਛ ਨੀ ਕਰੇਗੀ ਤਾਂ ਕਿ ਦੋਵਾਂ ਧਿਰਾਂ ਦਾ ਟਕਰਾਅ ਨਾ ਹੋਵੇ। ਇਸ ਤਰ੍ਹਾਂ ਦੀਆਂ ਕੁਛ ਹੈਗੀਆਂ ਨੇ ਗੱਲਾਂ। ਕੱਲਾ ਇਹੋ ਹੀ ਕਿਉਂ, ਅਸੀਂ ਤਾਂ ਦੂਜੀ ਗੱਲ ਵੀ ਜਾਣਦੇ ਹਾਂ, ਉਹ ਇਹ ਕਿ ਜਿਹੜੇ ਇਸ਼ਤਿਹਾਰ ਨੇ ਉਹ ਵੀ ਅੱਜ ਕੱਲ ਚੋਣ ਕਮਿਸ਼ਨ ਕਹਿੰਦਾ ਜੀ ਤੁਸੀਂ ਕਿਹੜਾ ਇਸ਼ਤਿਹਾਰ ਜਾਰੀ ਕਰਨਾ ਤੇ ਕਿਹੜਾ ਨਹੀਂ ਕਰਨਾ ਜੀ ਸਾਡੇ ਤੋਂ ਪੁੱਛ ਕੇ ਸਾਡੀ ਪਰਮਿਸ਼ਨ ਲੈ ਕੇ ਕਰੋ। ਨਰਿੰਦਰ ਮੋਦੀ ਦੇ ਮਾਮਲੇ ਵਿਚ ਵੀ ਕਿਸੇ ਗੱਲ ਤੇ ਰੋਕ ਲੱਗ ਸਕਦੀ ਹੈ, ਮੁੱਖ ਮੰਤਰੀ ਦੇ ਸਵਾਲ ਤੇ ਵੀ ਲੱਗ ਸਕਦੀ ਹੈ। ਰਾਫੇਲ ਜਹਾਜ਼ਾਂ ਦੇ ਸੌਦੇ ਦੇ ਉੱਤੇ ਇੱਕ ਇਸ਼ਤਿਹਾਰ ਬਣਾਇਆ ਸੀ ਮੱਧ ਪ੍ਰਦੇਸ਼ ਦੀ ਸਰਕਾਰ ਨੇ ਜੀ, ਉਹ ਰੋਕ ਦਿੱਤਾ ਗਿਆ। ਪਰ ਮੱਧ ਪ੍ਰਦੇਸ਼ ਦੀ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਤੇ ਬਣਾਇਆ ਸੀ, ਬੀਜੇਪੀ ਨੇ ਆਖਿਆ ਜੀ ਇਹਨੂੰ ਰੋਕ ਦਿਓ, ਚੋਣ ਕਮਿਸ਼ਨ ਨੇ ਆਖਿਆ ਨਹੀਂ ਰੋਕਿਆ ਜਾ ਸਕਦਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਇਸ਼ਤਿਹਾਰ ਆ ਇਹ ਜਾਰੀ ਕਰਨਾ। ਇਹਨਾਂ ਸਾਰੇ ਮਾਮਲਿਆਂ ਜੀ ਅੱਜ ਕੱਲ ਚੋਣ ਕਮਿਸ਼ਨ ਦਾ ਦਖਲ ਹੋਣ ਲੱਗ ਪਿਆ ਜੀ। ਮਨ ਸਾਹਿਬ ਇੱਕ ਖਬਰ ਆਈ ਸੀ ਕਹਿੰਦੇ ਏਅਰਬੱਸ 380 ਆ ਬੰਦ ਹੋਣ ਜਾ ਰਿਹਾ, ਅਜੇ ਕੁਛ ਕਹਿ ਨੀ ਸਕਦੇ, ਐਵੇਂ ਕੁਛ ਗੱਲਾਂ ਨਾ ਅਟਕਲਾਂ ਖੰਭਾਂ ਦੀਆਂ ਡਰਾਂ ਨੇ। ਸਾਨੂੰ ਪਤਾ ਕਿ ਬੋਇੰਗ ਮੈਕਸ ਦੇ ਵਿੱਚ ਕੁਛ ਪ੍ਰੋਬਲਮ ਆਈ, ਕੁਝ ਦੇਸ਼ਾਂ ਵਿੱਚ ਉਹਦੀਆਂ ਫਲਾਈਟਸ ਬੰਦ ਕੀਤੀਆਂ ਗਈਆਂ। ਇਸ ਤੋਂ ਬਾਅਦ ਇੱਕ ਆਵੀ ਦਾ ਚੱਕਰ ਚੱਲ ਪੈਂਦਾ ਹੁੰਦਾ, ਹਰ ਕੋਈ ਆਪੋ ਆਪਣੇ ਢੰਗ ਨਾਲ ਬੋਲੀ ਜਾਂਦਾ, ਪਰ ਅਜੇ ਕੋਈ ਏਅਰਬੱਸ ਵਾਲੀ ਗੱਲ ਘੱਟੋ ਘੱਟ ਮੇਰੇ ਧਿਆਨ ਚ ਨੀ, ਮਾਮੂਲੀ ਚਰਚਿਆਂ ਚ ਨੀ ਪਈ ਜਾਂਦਾ। ਕੋਈ ਜਦੋਂ ਸਾਲਿਡ ਗੱਲ ਆਵੇਗੀ, ਠੋਸ ਗੱਲ ਆਵੇਗੀ, ਉਦੋਂ ਦਾ ਜ਼ਿਕਰ ਕੀਤਾ ਜਾ ਸਕਦਾ ਜੀ। ਇੱਕ ਸਰੋਤਿਆਂ ਨੇ ਪੁੱਛਿਆ ਸੀਗਾ ਜੀ, ਤੇ ਪੰਨ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਸੁਰਜੀਤ ਪਾਤਰ ਦਾ ਲਿਖਿਆ ਗੀਤ ਹੈ ਜਿਹੜਾ ਉਹ ਤਰਾਨੇ ਦੇ ਰੂਪ ਚ ਗਾਏ ਜਾਣ ਦੀ ਗੱਲ ਸੀ, ਰੌਲਾ ਰੱਪਾ ਜਾ ਕਿਉਂ ਪੈ ਗਿਆ ਜੀ? ਇਹ ਤਾਂ ਉਹ ਜਿਹੜਾ ਗਾਣਾ ਨਾ ਕਿ ਐਵੇਂ ਰੌਲਾ ਪੈ ਗਿਆ ਜੀ, ਉਹ ਗੱਲ ਹੈ।
ਸੁਰਜੀਤ ਪਾਤ ਸਾਡੀ ਪੰਜਾਬੀ ਬੋਲੀ ਦਾ, ਪੰਜਾਬੀ ਸਭਿਆਚਾਰ ਦਾ ਇੱਕ ਮਾਣਯੋਗ ਹਸਤਾਖਰ ਹੈ। ਉਹਦਾ ਇੱਕ ਬਹੁਤ ਉੱਚਾ ਕੱਦ ਹੈ, ਬਹੁਤ ਉੱਚਾ ਥਾਂ ਹੈ। ਉਹਨੂੰ ਇਹ ਆਖਿਆ ਗਿਆ ਯੂਨੀਵਰਸਿਟੀ ਵੱਲੋਂ ਕਿ ਤੂੰ ਸਾਡਾ ਸਟੂਡੈਂਟ ਸੀ, ਸਾਡੇ ਵਾਸਤੇ ਇੱਕ ਗੀਤ ਲਿਖ ਦੇ। ਉਹਨੇ ਕਿਉਂਕਿ ਭਾਰਤ ਸਰਕਾਰ ਦਾ ਜਿਹੜਾ ਮੰਤਰਾਲਾ ਯੂਨੀਵਰਸਿਟੀਆਂ ਬਾਰੇ, ਉਹਨਾਂ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਆਖਿਆ ਸੀ ਕਿ ਤੁਸੀਂ ਆਪੋ ਆਪਣਾ ਇੱਕ ਕੁੱਲ ਗੀਤ ਤਰਾਨਾ ਜਿਹੜਾ ਉਹ ਤਿਆਰ ਕਰੋ। ਗੁਰੂ ਨਾਨਕ ਯੂਨੀਵਰਸਿਟੀ ਨੇ ਉਹਨੂੰ ਕਿਹਾ ਤਾਂ ਉਹਨੇ ਤਿਆਰ ਕਰਤਾ। ਗੁਰੂ ਨਾਨਕ ਯੂਨੀਵਰਸਿਟੀ ਨੇ ਆਖਿਆ ਜੀ ਤਰਾਨਾ ਲੈ ਜਾਓ। ਰੌਲਾ ਪੈ ਗਿਆ ਕਿ ਹੁਣ ਤੱਕ ਦਾ ਬੇਸ਼ੇਵਾ ਬਰਮੋਏ ਇਹ ਗਾਇਆ ਜਾਂਦਾ ਸੀ, ਹੁਣ ਉਹਦੀ ਥਾਂ ਤੇ ਆ ਕਿਉਂ ਚੱਲੂਗਾ। ਯੂਨੀਵਰਸਿਟੀ ਦੇ ਰਜਿਸਟਰਾਰ ਨੇ ਤੇ ਵਾਈਸ ਚਾਂਸਲਰ ਨੇ ਵਾਰ ਵਾਰ ਆਖਿਆ ਕਿ ਜਿਹੜਾ ਬੇਸ਼ੇਵਾ ਬਰਮੋਏ ਇਹ ਉਹ ਪਹਿਲਾਂ ਚੱਲਦਾ ਸੀ, ਹੁਣ ਵੀ ਚੱਲਣਾ। ਉਹਨੂੰ ਨੀ ਕਿਸੇ ਨੇ ਵੀ ਕੱਟਿਆ। ਇਹਨੂੰ ਤੇ ਆ ਕਿ ਜਦੋਂ ਅਖੀਰ ਤੇ ਜਾ ਕੇ ਪਿਛੇਤਰ ਦੇ ਤੌਰ ਤੇ ਬੰਦ ਕਰਨ ਲੱਗਣਾ, ਉੱਥੇ ਇੱਕ ਅਡੀਸ਼ਨਲ ਗਾਣੇ ਦੇ ਤੌਰ ਤੇ ਇਹਨੂੰ ਚਲਾਉਣਾ, ਇਹਦੇ ਤੇ ਕਿਸੇ ਨੂੰ ਕੀ ਇਤਰਾਜ ਹੋ ਸਕਦਾ। ਸ਼੍ਰੋਮਣੀ ਕਮੇਟੀ ਚੋਂ ਵੱਖੋ ਵੱਖ ਆਵਾਜ਼ਾਂ ਉੱਠਦੀਆਂ ਨੇ, ਇਹ ਤਾਂ ਜਿਉਂ ਲੱਗਦੇ ਤੂਤਕ ਤੂਤੀਆਂ ਕਰਨ ਲੱਗ ਪੈਂਦੇ ਨੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਸਕੱਤਰ ਗੁਰੂ ਨਾਨਕ ਯੂਨੀਵਰਸਿਟੀ ਵੱਲ ਨੂੰ ਭੱਜ ਉੱਠੇ ਨੇ, ਸੁਰਜੀਤ ਪਾਤਰ ਦੇ ਖਿਲਾਫ਼ ਡਾਂਗਾਂ ਚੁੱਕੀ ਫਿਰਦੇ ਨੇ। ਪਹਿਲਾਂ ਇਹ ਤਾਂ ਦੱਸ ਦੇਣ ਕਿ ਦੇਸ਼ ਸੇਵਾ ਬਰ ਮੋਏ ਇਹ ਕਿੱਥੋਂ ਆਇਆ, ਦਸਮ ਗ੍ਰੰਥ ਚੋਂ। ਜੇ ਦਸਮ ਗ੍ਰੰਥ ਚੋਂ ਆਇਆ ਤੇ ਉਹਨੂੰ ਸਿੱਖ ਪੰਥ ਮਾਨਤਾ ਦਿੰਦਾ ਕਿ ਨਹੀਂ ਦਿੰਦਾ। ਸਿੱਖਾਂ ਦੇ ਪੰਜਾਂ ਤਖਤਾਂ ਵਿਚੋਂ ਦੋ ਤਖਤਾਂ ਪਟਨਾ ਸਾਹਿਬ ਤੇ ਹਜੂਰ ਸਾਹਿਬ ਦੇ ਵਿਚ ਦਸਮ ਗ੍ਰੰਥ ਦਾ ਅਖੰਡ ਪਾਠ ਕੀਤਾ ਜਾਂਦਾ, ਤੇ ਦੂਸਰੇ ਤਿੰਨ ਤਖ਼ਤ ਜਿਹੜੇ ਅਕਾਲ ਤਖ਼ਤ, ਤਖ਼ਤ ਕੇਸਗੜ੍ਹ ਸਾਹਿਬ ਜਿੱਥੇ ਪੰਜ ਪਿਆਰੇ ਸਾਜੇ ਗਏ ਸੀ, ਤੇ ਤਖ਼ਤ ਦਮਦਮਾ ਸਾਹਿਬ ਗੁਰੂ ਕਾ ਜੀ, ਇਹਨਾਂ ਤਿੰਨਾਂ ਦੇ ਉੱਤੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਵੀ ਮਨਾਹੀ ਹੈ। ਜਿਹੜੀ ਸ਼੍ਰੋਮਣੀ ਕਮੇਟੀ ਦੇਸ਼ ਬਾਬਰ ਮੋਏ ਇਸਦੇ ਸ਼ਬਦ ਨੂੰ ਲੈ ਕੇ ਤੇ ਸੁਰਜੀਤ ਪਾਤਰ ਦੇ ਦੁਆਰੇ ਡਾਂਗਾਂ ਚੁੱਕੀ ਫਿਰਦੀ ਹੈ, ਪਹਿਲਾਂ ਇਹ ਤਾਂ ਦੱਸ ਦੇਵੇ ਕਿ ਉਸ ਸ਼ਬਦ ਬਾਰੇ ਤੇ ਉਸ ਸ਼ਬਦ ਵਾਲੇ ਗ੍ਰੰਥ ਬਾਰੇ ਸ਼੍ਰੋਮਣੀ ਕਮੇਟੀ ਕੀ ਕਹਿੰਦੀ ਹੈ। ਸਿੱਖ ਪੰਥ ਵਿਚ ਏਕਤਾ ਦੀ ਥਾਂ ਅਨੇਕਤਾ ਕਿਉਂ ਆ, ਵਿਚਾਰਾਂ ਦੇ ਮਤਭੇਦ ਕਿਉਂ ਆ, ਉੱਥੇ ਇਹਨਾਂ ਤੋਂ ਦੱਸਿਆ ਨੀ ਜਾਂਦਾ। ਜਦੋਂ ਕੋਈ ਅਕਲ ਵਾਲਾ ਬੰਦਾ ਦਿਸਦਾ ਉਹਦੇ ਖਿਲਾਫ਼ ਐਵੇਂ ਡਾਂਗਾ ਚੁੱਕ ਤੁਰਦੇ ਆ। ਸੁਰਜੀਤ ਪਾਤਰ ਨੇ ਕਿਹੜਾ ਯੂਨੀਵਰਸਿਟੀ ਨੂੰ ਲਾਗੀ ਘੱਲਿਆ ਸੀ ਕਿ ਮੇਰਾ ਗੀਤ ਤੁਸੀਂ ਲਾਗੂ ਕਰੋ, ਫੈਸਲਾ ਯੂਨੀਵਰਸਿਟੀ ਦਾ। ਯੂਨੀਵਰਸਿਟੀ ਕਹਿੰਦੀ ਅਸੀਂ ਉਹ ਕੀਤਾ ਹੀ ਨੀ, ਦੇਸ਼ ਸੇਵਾ ਬਰ ਮੋਏ ਇਹ ਚੱਲਦਾ ਪਿਆ, ਬਗੈਰ ਇਹ ਵੇਖਿਆ ਤੋਂ ਚੱਲਦਾ ਕਿ ਨਹੀਂ ਚੱਲਦਾ। ਚਾਰ ਪੰਜ ਵਿਦਵਾਨ ਇੱਥੇ ਇਹੋ ਜਿਹੇ ਆ, ਜਿਹੜੇ ਇਹੋ ਜਿਹੇ ਵਿਦਵਾਨ ਹੈ ਕਿ ਆਪ ਉਹਨਾਂ ਕਰਨਾ ਕੁਛ ਨਹੀਂ, ਦੂਜਿਆਂ ਚੋਂ ਕਿਸੇ ਦੀ ਕੋਈ ਗੱਲ ਹੋਵੇ ਤੇ ਫਟਾਫਟ ਮੁੱਦਾ ਬਣਾ ਕੇ ਚੁੱਕ ਤੁਰਦੇ ਆ। ਪਹਿਲਾਂ ਇਹਨਾਂ ਨੇ ਡਾਕਟਰ ਪਿਆਰ ਸਿੰਘ ਨਾਲ ਇਹੋ ਕੀਤੀ ਸੀ, ਫਿਰ ਡਾਕਟਰ ਪਿਛੋਰਾ ਸਿੰਘ ਦੇ ਗੱਲ ਪਏ, ਫਿਰ ਬਲਦੇਵ ਸਿੰਘ ਸੜਕਨਾਮਾ ਦੇ ਮਗਰ ਪਏ, ਹੁਣ ਸੁਰਜੀਤ ਪਾਤਰ ਦੇ ਮਗਰ ਪੈ ਗਏ ਆ। ਅਗਲੀ ਵਾਰੀ ਵਾਸਤੇ ਪਤਾ ਨੀ ਇਹਨਾਂ ਨੇ ਹਿੱਟ ਲਿਸਟ ਤੇ ਕਿਹਨੂੰ ਚੁਣਿਆ। ਇਹ ਖੇਡ ਬੰਦ ਹੋਣੀ ਚਾਹੀਦੀ ਆ ਜੀ। ਪੰਨੂ ਸਾਹਿਬ, ਅਜਨਾਮਾ ਕੀ ਕਹਿੰਦਾ ਜੀ? ਮਤਾ ਪੇਸ਼ ਕੀਤਾ ਅਮਰੀਕਾ ਵਾਲਿਆਂ ਨੇ ਜੀ, ਉਹਦਾ ਫਾਇਦਾ ਕੀ ਹੋ, ਨੁਕਸਾਨ ਕੀ ਹੋ। ਮੁੜ ਕੇ ਮਤਾ ਅਮਰੀਕਾ ਨੇ ਪੇਸ਼ ਕਰਿਆ, ਪਾਕ ਚੀਨ ਨੂੰ ਚਿਤਵਨੀ ਲਾਈ ਮਿੱਤਰ ਜੀ, ਪੱਖ ਪਾਕ ਦਾ ਜਿਹੜੇ ਸੀ ਠੀਕ ਕਹਿੰਦੇ ਘੂਰੀ, ਉਹਨਾਂ ਲਈ ਵੱਟ ਵਿਖਾਈ ਮਿੱਤਰ, ਚੜਿਆ ਚਾਹ ਫਿਰ ਹਿੰਦ ਦੇ ਹਾਕਮਾਂ ਨੂੰ, ਪਾਕ ਵਾਲਿਆਂ ਨੇ ਨੀਵੀਂ ਪਾਈ ਮਿੱਤਰ, ਬਦਲਿਆ ਚੀਨੀਆਂ ਪੈਂਤੜਾ ਅਜੇ ਨਾਹੀ, ਜਿਧਰੋਂ ਜਾਣੀ ਹੈ ਟੰਗ ਅੜਾਈ ਮਿੱਤਰ ਜੀ। ਬਾਕੀ ਚਾਰ ਲੈਣਾ, ਮਤਾ ਪਾਸ ਤਾਂ ਲੱਗਾ ਨਹੀਂ, ਹੁਣ ਮਿੱਤਰ ਹੁੰਦਾ ਰੱਦ ਤਾਂ ਹੋਵੇ ਪਿਆ ਰੱਦ ਮਿੱਤਰ, ਬੇਇੱਜ਼ਤੀ ਪਾਕ ਦੀ ਹੁੰਦੀ ਸੰਸਾਰ ਅੰਦਰ ਸੁੰਗੜੀ ਜਾਂਦੀ, ਮਸੂਦ ਦੀ ਹੱਦ ਮਿੱਤਰ। ਇਹਦੇ ਨਾਲ ਥੋੜਾ ਜਿਹਾ ਮਸੂਦ ਦੀ ਹੱਦ ਸੁੰਗੜਦੀ ਆ, ਉਸ ਤੋਂ ਵੱਧ ਕੁਛ ਨਹੀਂ ਹੁੰਦਾ ਜੀ। ਬਹੁਤ ਮਿਹਰਬਾਨੀ ਪੰਨੂ ਸਾਹਿਬ, ਬਹੁਤ ਧੰਨਵਾਦ ਜੀ ਤੁਹਾਡਾ ਜੁੜਨ ਦੇ ਵਾਸਤੇ ਜੀ, ਮਿਹਰਬਾਨੀ, ਸ਼ੁਕਰੀਆ। ਸੋ ਜਤਿੰਦਰ ਪੰਨੂ ਸਾਹਿਬ ਆਪਣੇ ਨਾਲ ਜੁੜੇ ਹੋਏ ਸੀਗੇ ਜੀ, ਗੱਲਬਾਤ ਚੱਲ ਰਹੀ ਸੀ, ਤੁਸੀਂ ਸਾਰੇ ਸੁਣ ਰਹੇ ਸੀ। ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਅਗਲੀ ਗੱਲਬਾਤ ਆਪਾਂ ਜਾਰੀ ਰੱਖਾਂਗੇ।